ਦੇ ਵੱਡੇ ਵੱਡੇ ਰੇ ਜਿਹੜੇ ਨੇ ਕਮਿਊਨਿਸਟ ਵਿਚਾਰਧਾਰਾ ਨਾਲ ਜੁੜੇ ਹੋਏ ਸਨ ਪਰ ਅਚਾਨਕ ਅਜਿਹਾ ਕੀ ਹੋਇਆ ਇਹ ਆਪ ਹੀ ਦੱਸਣਗੇ ਇਹ ਸਾਥੀ ਇਹੋ ਜੇ ਹੋਣਗੇ ਜਿਹੜੇ ਸੋਚਦੇ ਐ ਕਿਾਂ ਜੀ ਅਸੀਂ ਝੂਠ ਨਹੀਂ ਬੋਲਦੇ ਜੀ ਅਸੀਂ ਲੋਕਾਂ ਦਾ ਭਲਾ ਕਰਦੇ ਆ ਜੀ ਸਾਨੂੰ ਦੁੱਖ ਦਰਦ ਅਸੀਂ ਮਹਿਸੂਸ ਕਰਦੇ ਆ ਤਾਂ ਅਸੀਂ ਜਿਹੜਾ ਹੈਗਾ ਅਮਰਤ ਪਾਨ ਕੀਤਾ ਹੀ ਕੀਤਾ ਨਹੀਂ 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 ਉਹ ਇੱਕ ਜਿਹੜਾ ਹੈਗਾ ਸਾਡਾ ਮੇਰੇ ਖਿਆਲ ਚ ਪਹਿਲਾ ਕਦਮ ਹੈਗਾ ਸਾਡੀ ਉਹ ਨਰਸਰੀ ਕਲਾਸ ਹੈ ਐਸ ਪਾਸੇ ਆਉਣ ਦੇ ਲਈ ਜਦੋਂ ਅਸੀਂ ਕਿਸੇ ਦਾ ਚੰਗਾ ਸੋਚਦੇ ਆਂ ਜਦੋਂ ਅਸੀਂ ਕਿਸੇ ਦਾ ਭਲਾ ਕਰਨ ਦੀ ਸੋਚਦੇ ਆਂ ਜਦੋਂ ਅਸੀਂ ਮਨ ਦੇ ਚ ਮਾੜੀਆਂ ਚੀਜ਼ਾਂ ਕੱਢਦੇ ਆਂ ਉਸ ਤੋਂ ਬਾਅਦ ਜੇ ਅਸੀਂ ਜਿਹੜਾ ਹੈਗਾ ਖਾਲਸਾ ਪੰਥ ਦੇ ਵਿੱਚ ਇਹ ਐਂਟਰ ਹੋਣ ਦੇ ਲਈ ਮੇਰੇ ਖਿਆਲ ਚ ਤਿਆਰ ਹੋ ਜਾਣੇ ਆ। ਕਰਾਂ ਜਦੋਂ ਵੀ ਮੈਂ ਗੁਰਦੁਆਰੇ ਜਾਣਾ ਮੈਂ ਜਰੂਰ ਇਹ ਅਰਦਾਸ ਕਰਦੀ ਸੀ ਵਾਹਿਗੁਰੂ ਜੀ ਆਪਦੇ ਚਰਨਾਂ ਨਾਲ ਕਦੋਂ ਲਾਉਂਗੇ? ਕਦੋਂ ਸਾਨੂੰ ਸਾਨੂੰ ਇਹ ਬਖਸ਼ਿਸ਼ ਮਿਲੇਗੀ? ਪਰ ਮੈਨੂੰ ਉਮੀਦ ਨਹੀਂ ਸੀ। ਇਹਨਾਂ ਵੱਲੋਂ ਮੈਨੂੰ ਉਮੀਦ ਨਹੀਂ ਸੀਗੀ ਵੀ ਇਸ ਤਰ੍ਹਾਂ ਦਾ ਕਦਮ ਚੁੱਕਿਆ ਜਾਏਗਾ। ਮੈਨੂੰ ਨਹੀਂ ਲੱਗਦਾ ਸੀ ਵੀ ਵੀ ਮੈਂ ਵੀ ਅਮਰ ਤਪੱਸ ਕਰਾਂਗੀ। ਕਰਦੀਏ ਕਿ ਲੰਗਰ ਦੇ ਉੱਪਰ ਵੀ ਕੈਂਤੂ ਪੰਕਰ ਦੇ ਉੱਪਰ ਵੀ ਕਿੰਤੂ ਕਾਰ ਸੇਵਾ ਦੇ ਉੱਪਰ ਵੀ ਕਿੰਤੂ ਤੇ ਸ਼੍ਰੀ ਕਾਲ ਤਕ ਸਹਿਯੋਗਿਕ ਸਿੱਖਾਂ ਦੀ ਸਰਵੋਚੋਤ ਤੇ ਵੀ ਕਿੰਤੂ ਮੈਂ ਕਿਹਾ ਸਾਡੇ ਕੋਲ ਅਧਿਕਾਰ ਨਹੀਂ ਹੈਗਾ ਯਾਰ ਇਨੀ ਸੋਚ ਨਹੀਂ ਹੈਗੀ ਸਾਡੀ ਕਿ ਅਸੀਂ ਉਹਦੇ ਉੱਪਰ ਕਿੰਤੂ ਕਰ ਸਕੀਏ ਫਿਰ ਜਿਹੜਾ ਸੋਸ਼ਲ ਮੀਡੀਆ ਨੇ ਮੈਂ ਦੋਸ਼ ਦਿਨਾ ਕਿ ਇੱਥੇ ਜਿਹੜਾ ਹੈਗਾ ਕੁਐਸਚਨ ਗਣਾਏ ਜਾਂਦੇ ਆ ਕਿ ਤੁਹਾਡਾ ਦੁਸ਼ਮਣ ਫਲਾਣਾ ਖੜਾ ਫਲਾਨੀ ਸੰਸਥਾ ਤੁਹਾਡੀ ਦੁਸ਼ਮਣ ਹੈ ਇਹ ਸੰਸਥਾ ਤੁਹਾਡੀ ਦੁਸ਼ਮਣ ਹੈ ਜਿਹੜੇ ਸਾਡੇ ਬੁੱਧੀਜੀਵੀ ਆ ਉਹ ਇਹ ਨਹੀਂ ਗਿਣਾਉਂਦੇ ਕਿ ਆਹ ਦੁਸ਼ਮਣ ਆਏ ਆ ਇਹਨੂੰ ਆਏ ਖਤਮ ਕੀਤਾ ਜਾਣਾ ਇਹ ਪਤੇ ਜਿਹੜੇ ਹੈਗੇ ਆ ਥੋੜੇ ਜੇ ਸਹੀ ਰਸਤੇ ਦੇ ਤੁਰਪੇ ਹੈਗੇ ਆ ਤਾਂ ਇਹਦਾ ਮਤਲਬ ਹੈ ਕਿ ਗਿਣਤੀ ਵਧੀ ਹੈ ਘਟੀ ਥੋੜੇ ਜਿਹਾ ਦੋ ਜਣੇ ਵਧੇ ਆ ਅਸੀਂ ਕਿਵੇਂ ਕਹਿ ਸਕਦੇ ਹਾਂ ਖਾਸ ਤੀ ਗਿਣਤੀ ਘਟ ਰਹੀ ਹੈ ਹੋ ਸਕਦਾ ਸਾਨੂੰ ਵੇਖ ਕੇ ਕੋਈ ਇੱਕ ਅੱਧਾ ਹੀ ਨਾਲ ਜੁੜੇ ਤੇ ਕਹਿੰਦੇ ਆ ਵੀ ਕਈ ਵਾਰੀ ਕਿਸੇ ਨੂੰ ਮਾੜਾ ਜਾਂ ਤੱਕਾ ਲੱਗਣ ਦੀ ਲੋੜ ਹੁੰਦੀ ਹੈ ਮਨਤ ਅੰਦਰ ਹੁੰਦਾ ਹੀ ਹੈ ਥੋੜਾ ਜਿਹਾ ਵੇਖ ਕੇ ਹੀ ਮਨ ਅਗਲੇ ਦਾ ਪੱਕਾ ਹੋ ਜਾਂਦਾ ਹੋ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਅਸੀਂ ਅੰਮਤ ਪਾਣ ਕਰਨ ਗਏ ਆ ਮੇਰੀ ਸਥਿਤੀ ਇਹ ਸੀਗੀ ਪਹਿਲਾ ਰੋ ਰੋ ਕੇ ਉੱਥੇ ਪਹੁੰਚਿਆ ਮੁੜ ਕੇ ਜਦੋਂ ਉੱਥੋਂ ਉਹਨਾਂ ਨੇ ਆਵਾਜ਼ ਦਿੱਤੀ ਕਿ ਜਿਹੜਾ ਕੋਈ ਜਾਣਾ ਚਾਹੁੰਦਾ ਹੈ ਵੀ ਆਹ ਸਾਡੀ ਰਹਿਤ ਮਰਿਆਦਾ ਉੱਪ ਜਾ ਸਕਦਾ ਤਾਂ ਮਨ ਕੀਤਾ ਕਿ ਪਹਿਲਾਂ ਬਾਹਰ ਮੈਸੇਜ ਤੇ ਇੱਕ ਫੋਟੋ ਕਰਵਾ ਦਿੱਤੀ ਉਹ ਸਹਿਬ ਸਿੰਘ ਨੂੰ ਭੇਜ ਦਿੱਤੀ ਤਾਂ ਸੋਚਿਆ ਕਿ ਚਲ ਇੱਕ ਫੋਟੋ ਚਲੀ ਗਈ ਹੈ ਤਾਂ ਹੁਣ ਕੋਈ ਗਾਤਰਾ ਪਾਈ ਰੱਖਾਂਗੇ ਪੰਜ ਬਾਣੀਆਂ ਨਾ ਕਰਿਆ ਕਰਾਂਗੇ ਅੱਛਾ ਕਿਰ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰਾਂਗੇ ਤੇ ਬਾਕੀ ਲੋਕਾਂ ਨੂੰ ਨਾਂ ਦਸੀਏ ਤਾਂ ਉੱਥੋਂ ਲੈ ਕੇ ਪਿੰਡ ਤੱਕ ਤੁਰੇ ਆਉਂਦੇ ਆਉਂਦੇ ਦੋਵਾਂ ਨੇ ਇੱਕ ਹੀ ਵਿਚਾਰ ਸੀਗਾ ਗਲਤ ਕੰਮ ਕਰ ਲਿਆ ਹਟੋ ਘਟ ਉਸ ਪਿਓ ਦੇ ਪੁੱਤ ਬਣੀਆਂ ਯਾਰ ਜੀ ਜਿਨੇ ਆਪਣਾ ਸਭ ਕੁਝ ਵਾਰ ਦਿੱਤਾ ਹਾਂਏ ਦੋਸਤੋ ਸਤਿ ਸ੍ਰੀ ਅਕਾਲ ਮੈਂ ਸੈਭ ਸਿੰਘ ਵਿਰਕ ਨਾਬਾ ਕਹਿੰਦੇ ਜੇ ਪਰਮਾਤਮਾ ਦੀ ਨਜ਼ਰ ਸਵੱਲੀ ਹੋਵੇ ਤਾਂ ਇਸ ਸੰਸਾਰ ਦੇ ਉੱਪਰ ਕੁਝ ਵੀ ਹੋ ਸਕਦਾ ਹੈ ਕੁਝ ਵੀ ਸੰਭਵ ਹੈ ਦੋਸਤੋ ਅੱਜ ਸਾਡੇ ਨਾਲ ਜਿਹੜੇ ਇਹ ਸਖਸੀਅਤ ਦੇ ਮੈਂ ਰੂਬਰੂ ਕਰਵਾ ਰਿਹਾ ਹਾਂ ਇਹਨਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਿਆਰ ਦਿੰਦੇ ਨੇ ਖਾਸ ਕਰਕੇ ਕਿਸਾਨ ਵਰਗ ਕੋਈ ਵੀ ਵਿਰਲਾ ਕਿਸਾਨ ਹੋਵੇਗਾ ਜਿਹੜਾ ਇਹਨਾਂ ਨੂੰ ਨਾ ਜਾਣਦਾ ਹੋਵੇ ਸਾਡੀ ਮਰਾਦ ਡਾਕਟਰ ਕੁਲਦੀਪ ਸਿੰਘ ਛੇਰਗਿੱਲ ਮਰਖਾਈ ਜਿਹੜੇ ਮੇਰੀ ਖੇਤੀ ਮੇਰਾ ਕਿਸਾਨ ਚੈਨਲ ਤੋਂ ਰੋਜ਼ਾਨਾ ਹੀ ਲਗਭਗ ਕਿਸਾਨਾਂ ਦੇ ਰੂਬਰੂ ਹੁੰਦੇ ਨੇ ਖੇਤੀ ਸਮੱਸਿਆ ਹੋਵੇ ਫਸਲਾਂ ਦੀ ਕੋਈ ਸਮੱਸਿਆ ਹੋਵੇ ਕਿਸੇ ਕਿਸਮ ਦੀ ਸਮੱਸਿਆ ਉਸ ਦੇ ਸਬੰਧ ਵਿੱਚ ਇਹ ਜਿੱਥੇ ਵੀਡੀਓ ਪਾਉਂਦੇ ਨੇ ਉੱਥੇ ਹਰ ਕਿਸਾਨ ਨੂੰ ਅੰਤਾਂ ਦਾ ਪਿਆਰ ਦਿੰਦੇ ਨੇ ਹਰੇਕ ਨੂੰ ਨਿਵਾਜਦੇ ਨੇ ਕੋਈ ਵੀ ਕਿਸੇ ਵਕਤ ਇਹਨਾਂ ਨੂੰ ਫੋਨ ਕਰਦਾ ਹੈ ਇਹ ਉਹਨਾਂ ਨੂੰ ਜਵਾਬ ਜ਼ਰੂਰ ਦਿੰਦੇ ਨੇ ਤੇ ਨਾਲ ਇਹਨਾਂ ਦੇ ਜਿਹੜੇ ਧਰਮ ਸਭਤਰੀ ਨੇ ਬੀਬੀ ਸ਼ਰਨਜੀਤ ਕੌਰ ਜਿਹੜੇ ਬੈਠੇ ਹੋਏ ਨੇ ਤੇ ਇਹਨਾਂ ਦੀ ਜਿਹੜੀ ਗੱਲਬਾਤ ਕਰਨ ਦੀ ਅੱਜ ਖਾਸ ਗੱਲ ਹੈ ਤੁਹਾਨੂੰ ਵੀ ਦੱਸ ਦਿਆਂ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਡਾਕਟਰ ਕੁਲਦੀਪ ਸਿੰਘ ਛੇਰਗਲ ਜਿਹੜੇ ਨੇ ਕੁਝ ਹੀ ਸਮਾਂ ਪਹਿਲਾਂ ਜਿਹੜੇ ਕਿ ਦਾੜੀ ਵੀ ਆਪਣੀ ਕੱਟਦੇ ਸਨ ਤੇ ਇਹਨਾਂ ਦਾ ਰੰਗ ਰੂਪ ਚਿਹਰਾ ਹੋਰ ਸੀ ਤੇ ਜਿਹੜੇ ਲੋਕ ਇਹਨਾਂ ਨੂੰ ਮਿਲਣ ਆਉਂਦੇ ਨੇ ਕਿਸਾਨ ਸਿਰਫ ਉਹੀ ਜਾਣਦੇ ਨੇ ਤੇ ਉਹ ਅੱਜ ਹੈਰਾਨ ਜ਼ਰੂਰ ਹੋਣਗੇ ਆਪਣੇ ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਨੂੰ ਇਸ ਰੂਪ ਦੇ ਵਿੱਚ ਵੇਖ ਕੇ ਤੇ ਅਸੀਂ ਵੀ ਇੰਨੀ ਦੂਰੋਂ ਆਪਣੇ ਇਸ ਵੀਰ ਕੋਲੇ ਇਸ ਸ਼ਖੀਤ ਕੋਲੇ ਇਸੇ ਕਾਰਨ ਤੇ ਪਹੁੰਚੇ ਆ ਕਿ ਗੁਰੂ ਕਿਸੇ ਵਿਰਲੇ ਟਾਵੇਂ ਦੇ ਉੱਪਰ ਹੀ ਜਦੋਂ ਮੇਰ ਦੀ ਨਜ਼ਰ ਕਰਦਾ ਤਾਂ ਉਸ ਅਖਸੀਅਤਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਆਪਾਂ ਇਹਨਾਂ ਤੋਂ ਹੀ ਸਾਰੀ ਇਹ ਗੱਲਬਾਤ ਸੁਣਨਾ ਚਾਹਾਂਗੇ ਕਿ ਜਿਹੜਾ ਇਹਨਾਂ ਦਾ ਇਹ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਗੁਰੂ ਕਲਗੀਧਰ ਪਾਤਸ਼ਾਹ ਨੇ ਇਹਨੇ ਬਚਨ ਉਚਾਰੇ ਨੇ ਕਿ ਜੋ ਸੰਪੂਰਨ ਖਾਲਸਾ ਰੂਪ ਵਿੱਚ ਵਿਚਰ ਰਿਹਾ ਇਨਸਾਨ ਉਸ ਦੇ ਵਿੱਚ ਗੁਰੂ ਆਪ ਕੁਦਾ ਆਪਣੀ ਜੋਤ ਜਿਹੜੀ ਉਹ ਪ੍ਰਕਾਸ਼ਮਾਨ ਕਰਦੇ ਨੇ ਗੁਰੂ ਆਪ ਹਾਜ਼ਰ ਹੁੰਦੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਕਿਵੇਂ ਹੋ ਗਿਆ ਅਚਾਨਕ ਕਿਉਂਕਿ ਦੱਸ ਦੇਵਾਂ ਕਿ ਡਾਕਟਰ ਕੁਲਦੀਪ ਸਿੰਘ ਕਮਿਊਨਿਸਟ ਵਿਚਾਰਧਾਰਾ ਨੂੰ ਪਰਨਾਇਆ ਹੋਇਆ ਸੀ ਅਪਣਾਇਆ ਹੋਇਆ ਸੀ ਇਹਨਾਂ ਨੇ ਉਹ ਇਹਨਾਂ ਦੇ ਵੱਡੇ ਵੱਡੇ ਜਿਹੜੇ ਨੇ ਕਮਿਊਨਿਸਟ ਵਿਚਾਰਧਾਰਾ ਨਾਲ ਜੁੜੇ ਹੋਏ ਸਨ ਪਰ ਅਚਾਨਕ ਅਜਿਹਾ ਕੀ ਹੋਇਆ ਇਹ ਆਪ ਹੀ ਦੱਸਣਗੇ ਡਾਕਟਰ ਸਾਹਿਬ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਪਾਇਟੀਕ ਲਾਈਵ ਸੁਣਾ ਪਿਆ ਮਿਹਰबानी जी ਧੰਨਵਾਦ ਜੀ ਡਾਕਟਰ ਸਾਹਿਬ ਆਪਾਂ ਕੀਤੇ ਦੀ ਗੱਲ ਫੇਰ ਕਰਾਂਗੇ ਇਹ ਜ਼ਰੂਰ ਦੱਸੋ ਪਹਿਲਾਂ ਆਪਣੇ ਕਿਸਾਨ ਵੀਰਾਂ ਨੂੰ ਤੇ ਸਮੂਹ ਜਿੰਨਾ ਵੀ ਦਰਸ਼ਕ ਵਰਗ ਤੁਹਾਨੂੰ ਚਾਹੁੰਦਾ ਪਿਆਰ ਕਰਦਾ ਹੈ ਜਾਂ ਇਸ ਚੈਨਲ ਦੇ ਉੱਪਰ ਜਿਹੜੇ ਸਰੋਤੇ ਜੁੜੇ ਹੋਏ ਨੇ ਲੱਖਾਂ ਦੀ ਗਿਣਤੀ ਸੰਸਾਰ ਦੇ ਵਿੱਚ ਤੁਹਾਨੂੰ ਸੁਣ ਰਹੇ ਨੇ ਵੇਖ ਰਹੇ ਨੇ ਜ਼ਰੂਰ ਉਹ ਪੂਰੀ ਘਟਨਾ ਦੱਸੋ ਕਿਉਂਕਿ ਤੁਸੀਂ ਮੇਰੇ ਨਾਲ ਤਾਂ ਇਹ ਗੱਲ ਸਾਂਝੀ ਕਰ ਲਈ ਪਹਿਲਾਂ ਪਰ ਇਹ ਇੱਥੇ ਸਭ ਦੇ ਸਾਹਮਣੇ ਦੱਸੋ ਅਜਿਹਾ ਕੀ ਹੋਇਆ ਸੀ ਕਿ ਇਹ ਜਿਹੜਾ ਗੁਰੂ ਦਾ ਖਾਲਸਾ ਇਸ ਰਸਾਇਤਾ ਜਿਹਾ ਕਿਹਾ ਗਿਆ ਨਹੀਂ ਇਸ ਨੂੰ ਜੇਕਰ ਸ਼ਬਦਾਂ ਚ ਮੈਂ ਇਸ ਸਮੇਂ ਬਿਆਨ ਨਹੀਂ ਕਰ ਸਕਾਂਗਾ ਕਿ ਇਹ ਕੀ ਹੋਇਆ ਸੀਗਾ ਪਰ ਆਪਾਂ ਇਹ ਕਹਿ ਸਕਦੇ ਆ ਕਿ ਜਿਹੜੀ ਪਹਿਲਾਂ ਸਾਡਾ ਪਰਿਵਾਰਿਕ ਜੋ ਉਪਸ਼ੋਕੜ ਹੈਗਾ ਨਾ ਮੇਰੇ ਦਾਦਾ ਜੀ ਬਹੁਤ ਇੱਕ ਚੰਗੇ ਕਾਮਰੇਟ ਸੀਗੇ ਕਮਿਊਨਲ ਪਾਰਟੀ ਨੂੰ ਜਿਹੜਾ ਹੈਗਾ ਬਿਲੋਂਗ ਕਰਦੇ ਸੀਗੇ ਤਾਂ ਸੋਚ ਉਹਨਾਂ ਦੀ ਸੀਗੀ ਉਸ ਤਰ੍ਹਾਂ ਦੀ ਕਿ ਜੇਕਰ ਆਪਾਂ ਉਹਨਾਂ ਦੀ ਜੇਬ ਦੇ ਵਿੱਚ ਅੱਜ 10000 20000 ਰੁਪਏ ਪਾ ਦੇਵਾਂਗੇ ਸ਼ਾਮ ਨੂੰ ਖਾਲੀ ਕਰਕੇ ਆਉਣਗੇ ਉਹ ਸਭ ਨੂੰ ਵੰਡ ਆਉਂਦੇ ਆ ਕਿ ਜਿਹਦੇ ਕੋਲੇ ਹੈ ਉਸ ਨੂੰ ਦੇਵ ਅੱਜ ਵੀ ਹੈ ਕनाडा ਦੇ ਵਿੱਚ ਉਹ ਰਹਿੰਦੇ ਆ ਤਾਂ ਇਹ ਵਿਚਾਰ ਥਾਰਾ ਸਾਡੇ ਪਰਿਵਾਰ ਦੀ ਸੀਗੀ ਤਾਂ ਦਾਦਾ ਜੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਫ ਕਰਨਾ ਵੀ ਅੱਜ ਵੀ ਉਹ ਕਿਤਾਬ ਕਹਿੰਦੇ ਆ ਤਾਂ ਮੱਥਾ ਨਹੀਂ ਟੇਕਦੇ ਤਾਂ ਠੀਕ ਹੈ ਕਿ ਇਸ ਵਿਚਾਰਧਾਰਾ ਦੇ ਵਿੱਚ ਉਹ ਹੌਲੀ-ਹੌਲੀ ਇਹ ਪਰਿਵਾਰ ਸਾਡਾ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਵੱਲ ਪਾਸੇ ਆਇਆ ਸੀਗਾ ਮੈਂ ਨਹੀਂ ਕਹਣਾ ਕਿ ਮੇਰੇ ਕਰਨਕੀਤੀ ਆਇਆ ਇਸ ਤੋਂ ਪਹਿਲਾਂ ਹੀ ਆ ਚੁੱਕੇ ਸੀ ਅਸੀਂ ਤਾਂ ਦਾਦਾ ਜਿਹੜੀ ਮੇਨਲੀ ਕਾਮਰੇਡ ਵਿਚਾਰਧਾਰਾ ਦੇ ਸੀਗੇ ਉਸ ਤੋਂ ਬਾਅਦ ਪਿਤਾ ਜੀ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ ਪੂਰਾ ਪਰਿਵਾਰ ਮੰਨਦਾ ਸੀ ਦਾਦੀ ਨਮਰਤਪਨ ਕੀਤਾ ਸੀ ਜਿਹੜੀ ਮੇਰੀ ਸੋਚ ਸੀਗੀ ਮੈਂ ਇੱਕ ਅਲੱਗ ਤਰੀਕੇ ਦੀ ਸੋਚ ਸੀਗੀ ਮੈਂ ਸੋਚਦਾ ਸੀਗਾ ਕਿ ਜੇ ਜੜਾ ਪਾ ਚੰਗੇ ਕੰਮ ਕਰੀ ਜਾਂਦੇ ਆ ਜੇ ਆਪਾਂ ਕਿਸਦਾ ਮਾੜਾ ਨਹੀਂ ਕਰਨਾ ਜੇ ਆਪਾਂ ਕਰ ਝੂਠ ਨਹੀਂ ਬੋਲਣਾ ਆਪਣੇ ਹੱਥੋਂ ਜੇਕਰ ਪ੍ਰਮਾਤਮਾ ਨੇ ਚਲੋ ਹੁਣ ਤਾਂ ਪ੍ਰਮਾਤਮਾ ਸ਼ਬਦ ਆ ਗਿਆ ਪਹਿਲਾਂ ਤੇ ਹੁੰਦਾ ਜੇ ਆਪਾਂ ਕਿਸੇ ਦਾ ਕੋਈ ਚੰਗਾ ਕਰ ਦਿੱਤਾ ਤਾਂ ਉਹੀ ਰੱਬ ਹੈ ਕੀ ਗੁਰਦੁਆਰੇ ਜਾਣਾ ਹੈਗਾ ਕੀ ਕਿਸ ਤਰ੍ਹਾਂ ਹੈਗਾ ਤਾਂ ਇਹ ਸੋਚ ਸੀਗੀ ਕੁਛ ਦੇਣਾ ਇਸ ਤਰ੍ਹਾਂ ਦਾ ਘਟਨਾਕਰਮ ਹੋਇਆ ਸੀ ਕਿ ਮੈਂ ਪੱਗ ਬੰਨਦਾ ਸੀ ਜ ਸਵੇਰ ਦੇ ਟਾਈਮ ਜਿੱਥੇ ਤੁਹਾਡੇ ਨਾਲ ਗੱਲ ਹੋਈ ਹੈ ਅੱਖਾਂ 'ਚ ਹੰਝੂ ਆ ਜਾਂਦੇ ਸੀ ਕਿ ਵੀ ਮੈਂ ਵੀ ਦਿਮਾਲਾ ਸਜੋਣਾ ਹੈ ਹਨਾ ਤਾਂ ਉਹ ਸੋਚ ਹੋਈ ਤਾਂ ਮੈਂ ਕਿ ਇਹ ਚੇ ਕਵਾਂਗਾ ਕਿ ਇਸ ਤਰ੍ਹਾਂ ਨਹੀਂ ਹੈਗਾ ਗੁਰੂ ਆਪ ਸਿਲੈਕਟ ਕਰਦੇ ਆ ਹਨਾ ਕਿ ਕਿਸੇ ਵਿਅਕਤੀ ਨੂੰ ਉਹਨਾਂ ਨੇ ਸਿਲੈਕਟ ਕਰਨਾ ਕਿ ਆ ਜਾ ਵੀ ਕਾਕਾ ਤੂੰ ਤਾਂ ਉਸ ਤੋਂ ਬਾਅਦ ਚ ਸਿਲੇਕਸ਼ਨ ਹੋਇਆ ਜਿਹੜੀ ਪਹਿਲੀ ਵਿਚਾਰਤਾ ਰੱਜ ਤੇ ਅੱਜ ਦੀ ਮੈਂ ਚ ਇੱਕ ਫਰਕ ਕਹਾਂਗਾ ਕਿ ਵੀ ਠੀਕ ਹੈ ਜਿਹੜਾ ਸਿੱਖ ਹੈ ਅਸੀਂ ਸਾਰੇ ਸਿੱਖ ਹਾਂ ਸਿੱਖ ਦੇ ਵਿੱਚ ਅਸੀਂ ਖਾਲਸਾ ਅਮਰਤ ਪਾਣ ਕਰਕੇ ਖਾਲਸਾ ਰੂਪ ਦੇ ਵਿੱਚ ਆ ਗਏ ਸਿੱਖ ਖਾਲਸਾ ਇੱਕੋ ਹੀ ਹੈ ਪਰ ਜਿਹੜੇ ਦੇਖੋ ਅਲੱਗ-ਅਲੱਗ ਬੁੱਧ ਜੀ ਵੀ ਬਹੁਤ ਕੁਝ ਕਹਿਣਗੇ ਨਾ ਲੇਕਿਨ ਮੈਨੂੰ ਉਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਮੈਂ ਤਾਂ ਇੱਕ ਆਪਣੀ ਵਿਚਾਰਤਾ ਜਿਹੜੇ ਮੈਨੂੰ ਕੀ ਲੱਗਿਆ ਹੈ ਨਾ ਜਿਵੇਂ ਮੈਂ ਅਮਰਤ ਪਾਣਾ ਕੀਤਾ ਮੈਨੂੰ ਇਹ ਲੱਗਿਆ ਕਿ ਜੋ ਅਸੀਂ ਬਾਹਰ ਘੁੰਮ ਰਹੇ ਹਾਂ ਅਸੀਂ ਸਿੱਖਾਂ ਸਾਰੇ ਠੀਕ ਹੈ ਜਿਹੜਾ ਅਮਰਤਪਾਨ ਕਰ ਲਿਆ ਉਹ ਗੁਰੂ ਦਾ ਕੋਈ ਖਾਸ ਪਿਆਰਾ ਹੋ ਗਿਆ ਜੀ 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 ਮੈਨੂੰ ਉਸ ਤੋਂ ਬਾਅਦ ਇਹ ਮਹਿਸੂਸ ਹੁੰਦਾ ਕਿ ਦਰਬਾਰ ਸਾਹਿਬ ਮੇਰਾ ਘਰ ਹੈ ਜੀ ਮਤਲਬ ਕਿ ਦੇਖੋ ਇਹ ਇੱਕ ਇੱਕ ਦੁਬੱਡਾ ਫਰਕ ਮੇਰੇ 'ਚ ਆਇਆ ਕਿ ਪਹਿਲਾਂ ਜਾਂਦੇ ਸੀਗੇ ਕਿ ਮੱਥਾ ਟੇਕਣਾ ਮੈਸੇਜ ਨੇ ਸ਼ਾਮ ਨੂੰ ਕਿਹਾ ਕਿ ਆਪਾਂ ਉੱਥੇ ਜਾ ਕੇ ਮੱਥਾ ਟੇਕ ਕੇ ਆਈਏ ਅਮਰਤਪਾਨ ਕਰਨ ਤੋਂ ਬਾਅਦ ਕਿਤਾ ਆਪਣਾ ਹੀ ਹੈ ਇਹ ਇਹ ਆਪਣਾ ਹੀ ਜੇਰ ਮਰਜ਼ੀ ਟੇਕ ਲਾਂਗੇ ਜੀ ਇਹ ਤਾਂ ਮੈਂ ਕਿ ਹੁਣ ਆਪਣਾ ਕੋਈ ਫਰਕ ਹੀ ਨਹੀਂ ਰਹਿ ਗਿਆ ਮੈਂ ਕਿ ਇਸ ਤਰੀਕੇ ਦੀ ਜਿਹੜੀ ਹੈਗੀ ਹੈ ਇੱਕੋ ਸੋਚ ਵਿੱਚ ਆਈ ਸੀਗੀ ਮੈਂ ਮੇਰੇ ਵਰਗੇ ਬਹੁਤ ਸਾਰੇ ਸਾਥੀ ਇਹੋ ਜਿਹੇ ਹੋਣਗੇ ਜਿਹੜੇ ਸੋਚਦੇ ਐ ਕਿ ਹਾਂ ਜੀ ਅਸੀਂ ਝੂਠ ਨਹੀਂ ਬੋਲਦੇ ਜੀ ਅਸੀਂ ਲੋਕਾਂ ਦਾ ਭਲਾ ਕਰਦੇ ਆ ਜੀ ਸਾਨੂੰ ਦੁੱਖ ਦਰਦ ਅਸੀਂ ਮਹਿਸੂਸ ਕਰਦੇ ਆ ਤਾਂ ਅਸੀਂ ਜਿਹੜਾ ਹੈਗਾ ਅਮਰਤ ਪਾਨ ਕੀਤਾ ਹੀ ਕੀਤਾ ਨਹੀਂ 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 ਉਹ ਇੱਕ ਜਿਹੜਾ ਹੈਗਾ ਸਾਡਾ ਮੇਰੇ ਖਿਆਲ ਚ ਪਹਿਲਾ ਕਦਮ ਹੈਗਾ ਸਾਡੀ ਉਹ ਨਰਸਰੀ ਕਲਾਸ ਹੈ ਐਸ ਪਾਸੇ ਆਉਣ ਦੇ ਲਈ ਜਦੋਂ ਅਸੀਂ ਕਿਸੇ ਦਾ ਚੰਗਾ ਸੋਚਦੇ ਆਂ ਜੋ ਅਸੀਂ ਕਿਸੇ ਦਾ ਭਲਾ ਕਰਨ ਦੀ ਸੋਚਦੇ ਆਂ ਜਦੋਂ ਅਸੀਂ ਮਨ ਦੇ ਵਿੱਚੋਂ ਮਾੜੀਆਂ ਚੀਜ਼ਾਂ ਕੱਢਦੇ ਆਂ ਉਸ ਤੋਂ ਬਾਅਦ ਚ ਅਸੀਂ ਜਿਹੜਾ ਹੈਗਾ ਖਾਲਸਾ ਪੰਥ ਦੇ ਵਿੱਚ ਐਂਟਰ ਹੋਣ ਦੇ ਲਈ ਮੇਰੇ ਖਿਆਲ ਚ ਤਿਆਰ ਹੋ ਜਾਂਦੇ ਆਂ ਇਹ ਮੈਂ ਕਿ ਮੇਰੀ ਕਹਾਣੀ ਹੈ ਮੈਂ ਲੋਕਾਂ ਦਾ ਦੁਨੀਆ ਦਾ ਫਲਸਫਾ ਨਹੀਂ ਆਪਾਂ ਦੱਸਦੇ ਦੁਨੀਆ ਦਾ ਫਲਸਫਾ ਕੀ ਹੈ ਕੱਲ ਨੂੰ ਕੀ ਕਿੰਤੂ ਪੰਤੂ ਕ੍ਰਾਂਤੂ ਕਰੇ ਉਹ ਨਹੀਂ ਤੇ ਸਾਡੀ ਸੋਚ ਹੈ ਕਿ ਉਹ ਕੀਤਾ ਫਸਟ ਸੀੜੀ ਅਸੀਂ ਚੜ੍ਹੇ ਤਾਂ ਉਸ ਤੋਂ ਬਾਅਦ ਗੁਰੂ ਨੇ ਕਿਹਾ ਕਿ ਆ ਜਾ ਜੀ ਤੇ ਆਪਣਾ ਸਿੱਖ ਬਣਾ ਲਿਆ ਉਹ ਕਿਉਂ ਬਣਾ ਲਿਆ ਇੰਨੀ ਜਲਦੀ ਕਿਵੇਂ ਬਣਾ ਲਿਆ ਮੈਨੂੰ ਵੀ ਨਹੀਂ ਪਤਾ ਲੱਗਿਆ ਕਿ ਇਸ ਤਰੀਕੇ ਨਾਲ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ ਜਿਸ ਦਿਨ ਇਹਨਾਂ ਨੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਤੇ ਤੁਸੀਂ ਇਸ ਤੋਂ ਪਹਿਲਾਂ ਗੁਰੂ ਘਰ ਜਾਂਦੇ ਸੋ ਜਿਵੇਂ ਇਹ ਘਟ ਮਤਲਬ ਕਿ ਜਾਣਾ ਜਿਵੇਂ ਜੋ ਇਹਨਾਂ ਦੇ ਆਪਾ ਸ਼ਬਦਾਂ 'ਚ ਸੁਣਿਆ ਹੈ ਤੁਸੀਂ ਪਹਿਲਾਂ ਜਾਂਦੇ ਹੋ ਤੁਹਾਨੂੰ ਉਸ ਦਿਨ ਖੁਸ਼ੀ ਹੋਈ ਜਾਂ ਤੁਸੀਂ ਵੀ ਇਹਨਾਂ ਦੇ ਵਿਚਾਰਾਂ ਵਾਲੀ ਸੀ ਪਹਿਲਾਂ ਆ ਨਹੀਂ ਜੀ ਮੈਂ ਪਹਿਲਾਂ ਜਾਂਦੀ ਸੀ ਗੁਰਦੁਆਰੇ ਤੇ ਮੇਰਾ ਤਾਂ ਕਾਫੀ ਦੇਰ ਤੋਂ ਮਨ ਸੀਗਾ ਵੀ ਮੈਂ ਅੰਮ੍ਰਿਤ ਪਾਨ ਕਰਾਂ ਜਦੋਂ ਵੀ ਮੈਂ ਗੁਰਦੁਆਰੇ ਜਾਣਾ ਮੈਂ ਜ਼ਰੂਰ ਇਹ ਅਰਦਾਸ ਕਰਦੀ ਸੀ ਵਾਹਿਗੁਰੂ ਜੀ ਆਪਦੇ ਚਰਨਾਂ ਨਾਲ ਕਦੋਂ ਲਾਉਂਗੇ ਕਦੋਂ ਸਾਨੂੰ ਸਾਨੂੰ ਇਹ ਬਖਸ਼ਿਸ਼ ਮਿਲੇਗੀ ਪਰ ਮੈਨੂੰ ਉਮੀਦ ਨਹੀਂ ਸੀ ਇਹਨਾਂ ਵੱਲੋਂ ਮੈਨੂੰ ਉਮੀਦ ਨਹੀਂ ਸੀਗੀ ਵੀ ਇਸ ਤਰ੍ਹਾਂ ਦਾ ਕਦਮ ਚੁੱਕਿਆ ਜਾਏਗਾ ਮੈਨੂੰ ਨਹੀਂ ਲੱਗਦਾ ਸੀ ਵੀ ਵੀ ਮੈਂ ਵੀ ਅੰਮ੍ਰਿਤ ਪਾਨ ਕਰਾਂਗੀ ਮੈਂ ਆਪਦੀ ਬੇਟੀ ਨੂੰ ਜ਼ਰੂਰ ਕਹਿੰਦੀ ਸੀ ਬੱਚੇ ਤੂੰ ਅੰਮ੍ਰਿਤ ਛੱਕ ਕੇ ਇਸ ਕੀ ਬੰਨ ਕਿੰਨੀ ਸੋਹਣੀ ਲੱਗੇਗੀ ਤੂੰ ਹਨਾ ਮੈਨੂੰ ਇਹ ਸੀ ਬੱਚੇ ਚਾਲੇ ਪਾਸੇ ਜਾਣ ਪਰ ਮੈਨੂੰ ਖੁਦ ਦੀ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਤੇ ਜਦੋਂ ਇਹਨਾਂ ਨੇ ਇਹ ਗੱਲ ਕਹੀ ਅਚਾਨਕ ਹੀ ਅਚਾਨਕ ਹੀ ਬਸ ਤੁਸੀਂ ਕਹਿ ਲਓ ਹਫਤੇ ਦੇ ਵਿੱਚ ਵਿੱਚ ਸਾਡਾ ਇਹ ਪ੍ਰੋ ਇਹ ਪ੍ਰੋਗਰਾਮ ਬਣਿਆ ਤੁਸੀਂ ਇਹਨਾਂ ਨੂੰ ਫੋਰਸ ਨਹੀਂ ਕਰਿਆ ਆਪੀ ਨਾ ਨਾ ਬਿਲਕੁਲ ਨਹੀਂ ਇਹਨਾਂ ਦੇ ਤਾਂ ਮਨ ਚ ਆਪੇ ਹੀ ਆਈ ਆ ਮੈਂ ਕੋਈ ਫੋਰਸ ਨਹੀਂ ਕੀਤਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਸ ਚੀਜ਼ ਦਾ ਬਸ ਅਚਾਨਕ ਹੀ ਇਹਨਾਂ ਨੇ ਗੱਲ ਕਹੀ ਤੇ ਮੈਂ ਤਾਂ ਪਹਿਲਾਂ ਹੀ ਤਿਆਰ ਸੀ ਵਾਈ ਗੁਰੂ ਵੱਲੋਂ ਮੇਰ ਹੋਈ ਤਾਂ ਚਲੋ ਅਸੀਂ ਅਮਰਤਪਾਨ ਕਰਿਆ ਹੈ ਹਾਂ ਜੀ ਹਾਂ ਜੀ ਏ ਡਾਕਟਰ ਸਾਹਿਬ ਜੀ ਤੁਹਾਡੀ ਇਜਾਜ਼ਤ ਹੋਵੇ ਜਦੋਂ ਤੁਸੀਂ ਮੈਨੂੰ ਫੋਨ ਕਰਿਆ ਸੀ ਸਭ ਤੋਂ ਪਹਿਲਾਂ ਅਮਰਤ ਸ ਕਰਨ ਤੋਂ ਪਹਿਲਾਂ ਤੇ ਤੁਹਾਡੀ ਇਜਾਜ਼ਤ ਨਾਲ ਅਸੀਂ ਸਾਂਝੇ ਕਰ ਸਕਦੇ ਹਾਂ ਉਹਨਾਂ ਸ਼ਬਦਾਂ ਨੂੰ ਦੋਸਤੋ ਜਿਸ ਦਿਨ ਇਹ ਸਿੰਘ ਸਜੇ ਨੇ ਖਾਲਸਾ ਰੂਪ ਦੇ ਵਿੱਚ ਸਜੇ ਨੇ ਸਾਜਤਾ ਜਿਕੇ ਗੁਰੂ ਦਾ ਪਿਆਰਾ ਆਪਣੇ ਸਾਹਮਣੇ ਬੈਠੇ ਨੇ ਇਹਨਾਂ ਨੇ ਮੈਨੂੰ ਫੋਨ ਕਰਿਆ ਕਿਉਂਕਿ 2017 ਤੋਂ ਬੜੇ ਪਿਆਰੇ ਸਤਿਕਾਰਯੋਗ ਸਾਡੇ ਦੋਸਤ ਨੇ ਅਸੀਂ ਖੇਤੀਬਾੜੀ ਕਰਦੇ ਆ ਆਪਣੇ ਇੱਕ ਤਜਰਬੇ ਉਹ ਸਾਂਝੇ ਕਰਦੇ ਆ ਪਰ ਇੱਕ ਡਾਕਟਰ ਨੇ ਉਸ ਤੋਂ ਪਹਿਲਾਂ ਐਗਰੀਕਲਚ ਖੇਤੀਬਾੜੀ ਦੇ ਮਾਹਿਰ ਨੇ ਤਾਂ ਇਹਨਾਂ ਨੇ ਜਦੋਂ ਮੈਨੂੰ ਫੋਨ ਕਰਿਆ ਮੈਨੂੰ ਕਹਿਣ ਲੱਗੇ ਕਿ ਮੈਂ ਅਮਰਤ ਛਕਣਾ ਉਸ ਤੋਂ ਬਾਅਦ ਹੀ ਉੱਚੀ ਉੱਚੀ ਹੌਣ ਲੱਗ ਗਏ ਮੈਂ ਵੀ ਕਾਫੀ ਧਿਰ ਸੋਚਣ ਲੱਗਾ ਵੀ ਇਹਨਾਂ ਨੂੰ ਕੀ ਹੋ ਗਿਆ ਤੇ ਜਿਹੜੇ ਦੋਸਤ ਲੱਖਾਂ ਦੀ ਗਿਣਤੀ ਜਿਹਨਾਂ ਨੂੰ ਸੁਣਦੇ ਨੇ ਰਜਾਨਾ ਕਿਸਾਨ ਵੀਰ ਜੁੜੇ ਹੋਏ ਨੇ ਉਹ ਜ਼ਰੂਰ ਮਹਿਸੂਸ ਕਰ ਸਕਦੇ ਨੇ ਇਹਨਾਂ ਦੀਆਂ ਵੀਡੀਓ ਤੋਂ ਵੀ ਹਿਸਾਬ ਲਾ ਸਕਦੇ ਨੇ ਤੇ ਇੱਕਵੇਂ ਏ ਤੁਹਾਡੇ ਨਾਲ ਇੱਕ ਵਿਚਾਰ ਸਾਂਝੀ ਕਰਨੀ ਚਾਹਾਂਗਾ ਇਹ ਜਦੋਂ ਇਹ ਗੱਲਬਾਤ ਕਰਦੇ ਨੇ ਜਿੱਥੇ ਗਲਤ ਹੋ ਰਿਹਾ ਹੁੰਦਾ ਇਹ ਬੋਲਣ ਜਰੂਰ ਬੋਲ ਪੈਂਦੇ ਨੇ ਉਹਨਾਂ ਨੂੰ ਜਰੂਰ ਗੁੱਸੇ ਹੋ ਜਾਂਦੇ ਨੇ ਤੇ ਤੁਹਾਨੂੰ ਫਿਰ ਕੀ ਕਿਸ ਤਰ੍ਹਾਂ ਦਾ ਲੱਗਦਾ ਹੁੰਦਾ ਜੇ ਜਦੋਂ ਇਹ ਕਿਸੇ ਨਾਲ ਇਸ ਤਰ੍ਹਾਂ ਹਾਂ ਜੀ ਨਹੀਂ ਮੈਂ ਕਹਿੰਦੀ ਹੁੰਦੀ ਸੀ ਵੀ ਤੁਸੀਂ ਇੰਨਾ ਨਾ ਇੰਟਰਫੇਅਰ ਕਰਿਆ ਕਰੋ ਕਿਸੇ ਦੇ ਵਿੱਚ ਕਈ ਵਾਰੀ ਇਹ ਮਜ਼ਾਕ ਦੇ ਵਿੱਚ ਵੀ ਕਿਸੇ ਨੂੰ ਇਸ ਤਰ੍ਹਾਂ ਕਹਿ ਦਿੰਦੇ ਆ ਵੀ ਉਹ ਅਗਲੇ ਨੂੰ ਚੁਬਦੀ ਹੈ ਗੱਲ ਚਾਹੇ ਆਪਣੇ ਵੱਲੋਂ ਮਜ਼ਾਕ ਹੀ ਹੋਵੇ ਤੇ ਪਰ ਰਿਐਲਿਟੀ ਤਾਂ ਰਿਐਲਿਟੀ ਹੈ ਕਹਿ ਦਿੰਦੇ ਆ ਅਗਲੇ ਨੂੰ ਫੀਲ ਵੀ ਹੁੰਦਾ ਮੈਂ ਕਹਿੰਦੀ ਥੋੜੀ ਫਾਰਮੈਲਿਟੀ ਵੀ ਕਰਨੀ ਚਾਹੀਦੀ ਆ ਕੁਝ ਰਿਸ਼ਤੇ ਫਾਰਮਲ ਹੀ ਹੁੰਦੇ ਆ ਹਨਾ ਹਰ ਕੋਈ ਆਪਣੀ ਗੱਲ ਨਹੀਂ ਸਾਰ ਸਕਦਾ ਇਸੇ ਕਰਕੇ ਮੈਂ ਇਹਨਾਂ ਨੂੰ ਕਹਿੰਦੀ ਸੀ ਵੀ ਇੰਨਾ ਜ਼ਿਆਦਾ ਤੁਸੀਂ ਸੱਚ ਨਾ ਬੋਲਿਆ ਕਰੋ ਵੀ ਇੰਨਾ ਕੋਈ ਲੋਡ ਨਹੀਂ ਕਹਿੰਦੇ ਕਿ ਜੈਨੂ ਵੀ ਨਾ ਸੱਚ ਨਾ ਬੋਲ ਵੀ ਦੁਨੀਆ ਤਾਂ ਇੱਕ ਕਵਤਾ ਵੀ ਹੈ ਨਾ ਵੀ ਵਾਕੀ ਹੋ ਕੇ ਬਹਿ ਜਾਏਗਾ ਫਿਰ ਤੇ ਪਰ ਗੱਲ ਇਹ ਵੀ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਅਮਰਿਤ ਸ਼ਕਲਿਆ ਅੱਜ ਸਾਡੇ ਸਾਹਮਣੇ ਜਿਹੜੇ ਰੂਪ ਦੇ ਵਿੱਚ ਸੰਗਤ ਤੁਹਾਨੂੰ ਵੇਖ ਰਹੀ ਹੈ ਤੇ ਬੜੇ ਵੱਡੀ ਗਿਣਤੀ ਉਹ ਹੋਏਗੀ ਜਿਹੜੇ ਹੁਣ ਮਾਨ ਮਹਿਸੂਸ ਕਰਨਗੇ ਇਕੱਲਾ ਇਹ ਨਹੀਂ ਕੁਲਦੀਪ ਸਿੰਘ ਨੇ ਅਮਰਿਤ ਸ਼ਕ ਹੈ ਤੁਹਾਡੇ ਤੋਂ ਹੁਣ ਸੇਦ ਵੀ ਤੁਹਾਡੇ ਫੋਲੋਅਰ ਬਹੁਤ ਜ਼ਿਆਦਾ ਨੇ ਤੇ ਸਾਨੂੰ ਇਹ ਵੀ ਉਮੀਦ ਹੈ ਕਿ ਕੁਲਦੀਪ ਸਿੰਘ ਜੀ ਵਰਾਂ ਵਲ ਵੇਖ ਕੇ ਜਿਹੜੇ ਵੱਡਾ ਤਬਕਾ ਕਿਸਾਨ ਵੀਰਾਂ ਦਾ ਜੁੜਿਆ ਹੋਇਆ ਚਾਹੇ ਜਿਆਦਾ ਗਿਣਤੀ ਮੈਂ ਖੁਦ ਵੀ ਕਿਉਂਕਿ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਇਸ ਨੂੰ ਪੰਜਾਬ ਤੋਂ ਇਲਾਵਾ ਹਰਿਆਣੇ ਤੇ ਯੂਪੀ ਦੇ ਵਿੱਚ ਬੜੀ ਵੱਡੀ ਗਿਣਤੀ ਜਿਹੜੇ ਇਹਨਾਂ ਨੂੰ ਸੁਣਦੇ ਨੇ ਸਮਝਦੇ ਨੇ ਤੇ ਪਿਛਲੇ ਦਿਨੀ ਹੋ ਸਕਦਾ ਇੱਕ ਵਰਤਾਰਾ ਵੀ ਹੋਇਆ ਸੀ ਸਿੰਘੂ ਧਰਨੇ ਦੇ ਉੱਪਰ ਕਿ ਉਥੇ ਇੱਕ ਜਿਹੜੇ ਜਾਟ ਬਰਾਦਰੀ ਦੇ ਨੇ ਉਹਨਾਂ ਨੇ ਅੰਮ੍ਰਿਤ ਛਕ ਲਿਆ ਤੇ ਉਹਨਾਂ ਨੇ ਆਪਣੇ ਏਰੀਏ ਦੇ ਉਥੋਂ ਜਿਹੜੇ ਨੇ ਬੜੀ ਵੱਡੀ ਗਿਣਤੀ ਵਿੱਚ ਜਾਟ ਜਿਹੜੇ ਗੁਰਮਖ ਪਿਆਰੇ ਨੇ ਉਹਨਾਂ ਨੂੰ ਉਹਨਾਂ ਨੇ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕ ਕੇ ਗੁਰੂ ਦੇਵ ਸਿੰਘ ਸਜੇ ਨੇ ਤੇ ਕੁਲਦੀਪ ਸਿੰਘ ਜੀ ਜਿਵੇਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਚੈਨਲ ਹੈ ਮੇਰੀ ਖੇਤੀ ਮੇਰਾ ਕਿਸਾਨ ਤੇ ਅਸੀਂ ਕੋਈ ਇਸ ਤਰ੍ਹਾਂ ਦੀ ਉਮੀਦ ਰੱਖ ਸਕਦੇ ਹਾਂ ਵੀ ਤੁਸੀਂ ਉਥੇ ਖੇਤੀ ਦੇ ਨਾਲ ਨਾਲ ਗੁਰਗੱਲਗੀਤਾਰਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਉਥੇ ਡਿਊਟੀ ਦਿਓਗੇ ਮੇ ਜਿਹੜਾ ਮੇਰੀ ਆਪਣੀ ਸੋਚ ਮੇਰੇ ਖਿਆਲ ਚ ਨਾ ਕੋਈ ਰਹਿ ਨਹੀਂ ਗਈ ਕਿ ਮੈਂ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਸੀਗਾ ਹੁਣ ਤੁਸੀਂ ਦੇਖਿਆ ਉਹ ਪਿਛਲੇ ਕੁਝ ਦਿਨਾਂ ਤੋਂ ਮੇਰੀ ਤਾਂ ਖੇਤੀ ਬੜੀ ਸੰਬੰਧਤ ਵੀਡੀਓ ਵੀ ਨਹੀਂ ਆ ਰਹੀ ਹਾਂਜੀ ਜਿਸ ਤਰੀਕੇ ਦੇ ਨਾਲ ਪ੍ਰਮਾਤਮਾ ਚੀਜ਼ਾਂ ਨੂੰ ਗੋਲ-ਗੋਲ ਘੁਮਾ ਰਿਹਾ ਹੈ ਹਨਾ ਜਿਸ ਪਾਸੇ ਨੂੰ ਲਿਜਾ ਰਿਹਾ ਹੈ ਮੈਂ ਮੰਨਦਾ ਕਿ ਉਹ ਕੁਦਰਤ ਆਪਣਾ ਰੋਲ ਅਦਾ ਕਰ ਰਹੀ ਹੈ ਤਾਂ ਉਹ ਕਿਸ ਸਾਈਡ ਲੈ ਕੇ ਜਾਏਗੀ ਉਹ ਆਉਣ ਵਾਲਾ ਟਾਈਮ ਹੀ ਦੱਸੇਗਾ ਆਪਾਂ ਇਹ ਨਹੀਂ ਕਹਿ ਸਕਦੇ ਕਿਸ ਪਾਸੇ ਹਾਂ ਜਿਹੜੀ ਰਹੀ ਗੱਲ ਕਿ ਗੁਰੂ ਮਹਾਰਾਜ ਦੇ ਜਿਹੜੇ ਪ੍ਰਚਾਰ ਦੇ ਬਾਰੇ ਤਾਂ ਅੱਜ ਆਪਾਂ ਤਾਂ ਕੌਣ ਹੁੰਨੇ ਆ ਹੈ ਨਾ ਬਹੁਤ ਛੋਟੇ ਜੀ ਆ ਤਾਂ ਉਹ ਮਹਾਰਾਜ ਤਾਂ ਆਪਣਾ ਆਪ ਹੀ ਉਹ ਸਭ ਕੁਝ ਕਰ ਰਿਹਾ ਕਿਸ ਤਰ੍ਹਾਂ ਉਹਨਾਂ ਨੇ ਕਰਨਾ ਹਮ ਇੰਨੀ ਗੱਲ ਜ਼ਰੂਰ ਕਵਾਂਗਾ ਜਿਹੜੇ ਕਿਸਾਨ ਵੀਰ ਮੈਨੂੰ ਦੇਖ ਰਹੇ ਹੈ ਕਿ ਯਾਰ ਆ ਜਿਹੜਾ ਨਾ ਸਿਸਟਮ ਇੱਕ ਚੱਲਿਆ ਸੀਗਾ ਕਿ ਸਿੱਖਾਂ ਨੂੰ ਖਤਮ ਕਰਨ ਵਾਸਤੇ ਚਾਹੇ ਮੁਗਲ ਆਏ ਸੀ ਚਾਹੇ ਅੰਗਰੇਜ਼ ਆਏ ਸੀ ਚਾਹੇ ਕੋਈ ਵੀ ਆਇਆ ਸੀਗਾ ਤਾਂ ਇੱਕੋ ਇੱਕ ਉਹਨਾਂ ਦਾ ਤਰੀਕਾ ਸੀਗਾ ਕਿ ਅਕਾਲ ਤਖ਼ਤ ਸਾਹਿਬ ਨੂੰ ਖਤਮ ਕਰ ਦਿਓ ਜੀ ਜੀ ਲੰਗਰ ਨੂੰ ਖਤਮ ਕਰ ਦਿਓ ਤਾਂ ਸਿੱਖ ਖਤਮ ਹੋ ਜਾਈਗਾ ਤਾਂ ਉਹ ਤਾਂ ਸਾਰੇ ਨਹੀਂ ਕਰ ਸਕੇ ਪਰ ਅੱਜ ਕੱਲ ਜਿਹੜੇ ਮੇਰੇ ਵਰਗੇ ਮੇਰੇ ਵਰਗੇ ਖਾਸ ਤੌਰ ਤੇ ਹੈਗੇ ਆ ਸੋਸ਼ਲ ਮੀਡੀਆ ਤੇ ਬੈਠ ਕੇ ਅਕਾਲ ਤਖ਼ਤ ਸਾਹਿਬ ਦੇ ਬਾਰੇ ਮਾੜਾ ਪ੍ਰਚਾਰ ਕਰਕੇ ਲੰਗਰ ਦੇ ਬਾਰੇ ਮਾੜਾ ਪ੍ਰਚਾਰ ਕਰਕੇ ਕਾਰ ਸੇਵਾ ਦੇ ਬਾਰੇ ਮਾੜਾ ਪ੍ਰਚਾਰ ਕਰਕੇ ਉਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਭੰਡ ਰਹੇ ਆ ਕਿ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਲੰਗਰ ਤਾਂ ਪਤਾ ਨਹੀਂ ਕਿਤੇ ਐਵੇਂ ਤਾਂ ਨਹੀਂ ਲਾਈ ਜਾਂਦੇ ਜੀ ਜੀ ਤਾਂ ਕਟੋਕਰ ਨੌਜਵਾਨਾਂ ਨੂੰ ਇਸ ਬਾਰੇ ਵੇਅਰ ਹੋਣਾ ਚਾਹੀਦਾ ਹੈ ਕਮੀਆਂ ਚੀਜ਼ਾਂ ਚ ਹੁੰਦੀਆਂ ਕਿਸੇ ਨਾ ਕਿਸੇ ਚੀਜ਼ ਚ ਕੋਈ ਨਾ ਕੋਈ ਕਮੀ ਹੋਵੇਗੀ ਉਹ ਕਮੀ ਜਿਹੜਾ ਹੈਗਾ ਸੰਗਤ ਆਪਣੇ ਆਪ ਦੂਰ ਕਰੇਗੀ ਪਰੰਤੂ ਇਹ ਨਹੀਂ ਹੈਗਾ ਕਿ ਅਸੀਂ ਦੋ ਚਾਰ ਜਣੇ ਇਕੱਠੇ ਹੋਈਏ ਸੋਸ਼ਲ ਮੀਡੀਆ ਦੇ ਉੱਪਰ ਤਾਂ ਇਹ ਪ੍ਰਚਾਰ ਸ਼ੁਰੂ ਕਰ ਦਈਏ ਕਿ ਲੰਗਰ ਦੇ ਉੱਪਰ ਵੀ ਕਿੰਤੂ ਪੰਕਰ ਦੇ ਉੱਪਰ ਵੀ ਕਿੰਤੂ ਕਾਰ ਸੇਵਾ ਦੇ ਉੱਪਰ ਵੀ ਕਿੰਤੂ ਤੇ ਸ੍ਰੀ ਕਾਲ ਤਕ ਸਹਿਯੋਗ ਸਿੱਖਾਂ ਦੀ ਸਰਵੋਚੋਤ ਤੇ ਵੀ ਕਿੰਤੂ ਮੈਂ ਕਿਹਾ ਸਾਡੇ ਕੋਲ ਅਧਿਕਾਰ ਨਹੀਂ ਹੈਗਾ ਯਾਰ ਇੰਨੀ ਸੋਚ ਨਹੀਂ ਹੈਗੀ ਸਾਡੀ ਕਿ ਅਸੀਂ ਉਹਦੇ ਉੱਪਰ ਕਿੰਤੂ ਕਰ ਸਕੀਏ ਤਾਂ ਮੈਂ ਨੌਜਵਾਨਾਂ ਨੂੰ ਸਿਰਫ ਇੰਨੀ ਬੇਨਤੀ ਕਰਦਾ ਕਿ ਤੁਸੀਂ ਜੋ ਕਰਨਾ ਕਰੋ ਪਰੰਤੂ ਜਿਹੜੀਆਂ ਪੰਥਕ ਮਰਿਆਦਾ ਜਿਹੜੀ ਸਦੀਆਂ ਤੋਂ ਚੱਲੀ ਆ ਰਹੀ ਹੈ ਨਾ 300 ਸਾਲ ਤੋਂ ਚੱਲੀ ਆ ਰਹੀ ਹੈ ਤਾਂ ਉਸ ਨੂੰ ਤਾਂ ਅਸੀਂ ਮੇਨਟੇਨ ਰੱਖੀਏ ਨਾ ਅਸੀਂ ਜਿਹੜਾ ਹੈਗਾ ਉਹਨਾਂ ਨਿਯਮਾਂ ਦੀ ਅਸੀਂ ਪਾਲਣਾ ਘਟੋ ਘਾਟਾ ਅਸੀਂ ਜ਼ਰੂਰ ਕਰੀਏ ਤਾਂ ਉਸ ਤੋਂ ਬਾਹਰ ਜਿਹੜਾ ਹੈਗਾ ਉਸ ਨੂੰ ਨਿੰਦਣਾ ਜਾਂ ਕੁਝ ਪੰਥ ਦੋਖੀ ਵਿਅਕਤੀ ਹੈ ਜਿਨ੍ਹਾਂ ਦੇ ਪਿੱਛੇ ਲੱਗੇ ਅਸੀਂ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਹਾਂ ਜਾਂ ਇਕੋ ਸਿਸਟਮ ਚੱਲਿਆ ਹੋਇਆ ਹੈ ਨਾ ਐਲੀਮੂਨਾਤੀ ਜਾਂ ਕੀ ਕਹਰੇ ਮੈਨੂੰ ਸਹੀ ਕਹਿਣਾ ਨਹੀਂ ਆਉਂਦਾ ਤਾਂ ਐਲੀਮੂਨਾਤੀ ਜਿਹੜਾ ਹੈਗਾ ਜਿਨ੍ਹਾਂ ਦਾ ਮਕਸਦ ਹੀ ਇਹ ਹੈਗਾ ਕਿ ਵੀ ਪਹਿਲਾਂ ਇਹਨਾਂ ਦੀਆਂ ਇਹ ਧਾਰਮਿਕ ਸੰਸਥਾਵਾਂ ਦੇ ਨਾਲੋਂ ਤੋੜੋ ਮੈਂ ਤਾਂ ਕਹਣਾ ਧਾਰਮਿਕ ਕਿਉਂ ਸਰਕਾਰੀ ਸੰਸਥਾਵਾਂ ਤੋਂ ਵੀ ਤੋੜੋ ਇਹਨਾਂ ਨੂੰ ਪਹਿਲਾਂ ਕੋ ਕੇ ਥੋੜੇ ਕਾਲ ਤੱਕ ਸਾਹਿਬ ਦਾ ਕੁਝ ਨਹੀਂ ਹੈਗਾ ਫਿਰ ਕੋ ਦਰਬਾਰ ਸਾਹਿਬ ਕੁਝ ਨਹੀਂ ਹੈਗਾ ਫਿਰ ਕੋ ਲੰਗਰ ਕੁਝ ਨਹੀਂ ਹੈਗਾ ਫਿਰ ਕੋ ਸੁਪਰੀਮ ਕੋਰਟ ਕੁਝ ਨਹੀਂ ਹੈਗਾ ਹਾਈ ਕੋਰਟ ਕੁਝ ਨਹੀਂ ਹੈਗਾ ਸਰਕਾਰ ਕੁਝ ਨਹੀਂ ਪਰ ਹੈਗਾ ਕੌਣ ਹੈ ਫਿਰ ਚਲਾਊ ਕੌਣ ਇਸ ਦੇਸ਼ ਨੂੰ ਤਾਂ ਥੋੜਾ ਜਿਹਾ ਜਿਹੜਾ ਹੈਗਾ ਇਸ ਪਾਸੇ ਸੋਚਣਾ ਚਾਹੀਦਾ ਤਾਂ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਵੀ ਜਿਹੜੇ ਮੇਰੇ ਵਰਗੀ ਸੋਚ ਰੱਖਦੇ ਹਾਂ ਕੇ ਵੀ ਅਸੀਂ ਮਾੜਾ ਨਹੀਂ ਕਰਦੇ ਅਸੀਂ ਜਿਹੜਾ ਹੈਗਾ ਰੱਬ ਦਾ ਨਾਮ ਲੈਨੇ ਆ ਤਾਂ ਅਸੀਂ ਸਿੱਖ ਹੈਗੇ ਆ ਤਾਂ ਸਾਨੂੰ ਸਾਰਿਆਂ ਨੂੰ ਥੋੜਾ ਥੋੜਾ ਕਦਮ ਹੋਰ ਅੱਗੇ ਵਧਾਉਣਾ ਚਾਹੀਦਾ ਉਹ ਗੁਰੂ ਵਾਲੇ ਪਾਸੇ ਨੂੰ ਜਾਣਾ ਚਾਹੀਦਾ ਤਾਂ ਮੈਨੂੰ ਤੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਮੈਨੂੰ ਤਾਂ ਗੁਰੂ ਨੇ ਜਿਹੜਾ ਹੈਗਾ ਜਿਸ ਤਰ੍ਹਾਂ ਵੀ ਆਪਣੇ ਉਹਨੂੰ ਕਵਰ ਕਰ ਲਿਆ ਹੈ ਮਤਲਬ ਕਿ ਤੁਸੀਂ ਇਹ ਕਹਿ ਲੋ ਕਿ ਮੈਨੂੰ ਨੇ ਚੰਗੇ ਤਰੀਕੇ ਦੇ ਨਾਲ ਆਪਣਾ ਉਸਨੇ ਇਹ ਕਿ ਹੁਣ ਮੈਂ ਕਹਿ ਕਹਿ ਨਹੀਂ ਸਕਦਾ ਇਸ ਤੋਂ ਅੱਗੇ ਕਿ ਕੀ ਹੈਗਾ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਕਿ ਜੋ ਇਸ ਜੰਨਮ 'ਚ ਨਹੀਂ ਹੋਇਆ ਮਹਿਸੂਸ ਯਾਰ ਉਹ ਚੀਜ਼ ਜਿਵੇਂ ਸ਼ਬਦਾਂ ਨਾਲ ਨਹੀਂ ਕਹਿ ਸਕਦੇ ਸਾਡੇ ਗੁਰੂ ਜਿਹੜਾ ਹੈਗਾ ਉਹ ਸਾਨੂੰ ਹਾਜ਼ਰ-ਨਾਜ਼ਰ ਮਹਿਸੂਸ ਹੁੰਦਾ ਠੀਕ ਹੈ ਕਿ ਉਹ ਸਾਡੀਆਂ ਭਾਵਨਾਵਾਂ ਹੋਣਗੀਆਂ ਉਹ ਸਾਡੀਆਂ ਕਲਪਨਾਵਾਂ ਹੋਣਗੀਆਂ ਪਰੰਤੂ ਜਦੋਂ ਅਸੀਂ ਉਸ ਰਾਹ 'ਤੇ ਚੱਲਦੇ ਹਾਂ ਤਾਂ ਸਾਨੂੰ ਸੱਚਮੁੱਚ ਸਾਥ ਦਿੰਦਾ ਸਾਡਾ ਤਾਂ ਸਾਨੂੰ ਜਿਹੜਾ ਹੈਗਾ ਉਸ ਪਾਸੇ ਵਧਣਾ ਚਾਹੀਦਾ ਹੈ ਤੱਕ ਇੱਕ ਇੱਕ ਕਦਮ ਵਧਾਈਏ ਦੇਖੋ ਗੁਰੂ ਫਿਰ ਕਿਵੇਂ ਵੱਧਦਾ ਹੈ ਕੁਲਦੀਪ ਸਿੰਘ ਜੀ ਜਿਵੇਂ ਤੁਸੀਂ ਹੁਣੇ ਬੜੀ ਸ੍ਰੀ ਅਕਾਲ ਤਖਤ ਸਾਹਿਬ ਖਾਲਸਾ ਪੰਥ ਸਿੱਖ ਪੰਥ ਬਾਬੇ ਨਾਨਕ ਦੇ ਉਸ ਮਹਾਨ ਇੱਕ ਪੰਥ ਦੀ ਤੁਸੀਂ ਗੱਲਬਾਤ ਕਰੀਏ ਜੇਕਰ ਵੇਖਿਆ ਜਾਵੇ ਜਦੋਂ ਅਸੀਂ ਇੰਟਰਨੈਟ ਦਾ ਯੁੱਗ ਨਹੀਂ ਸੀ ਬਹੁਤੀ ਪੁਰਾਣੀ ਗੱਲ ਨਹੀਂ ਗੱਲ 1995 ਤੋਂ ਪਿੱਛੇ ਨੂੰ ਆਪਾਂ ਚੱਲ ਜੀਏ ਉਸ ਤੋਂ ਵੀ ਪਿਛਲੇ ਕਈ ਸਦੀਆਂ ਤੋਂ ਸਿੱਖ ਕੌਮ ਖਾਲਸਾ ਪੰਥ ਬੜੀ ਸ਼ਾਨ ਨਾਲ ਅੱਗੇ ਵਧਦਾ ਆਇਆ ਅਸੀਂ ਕਿੰਨੇ ਸਾਂ ਅਸੀਂ 5 ਸਾਂ 5 ਤੋਂ ਅੱਜ ਅਸੀਂ 5 ਕਰੋੜਾਂ ਦੇ ਵਿੱਚ ਪਹੁੰਚਣ ਵਾਲੇ ਹੋ ਗਏ ਆ ਤਾਂ ਕਿ ਜਿਹੜਾ ਇਹ ਇਸ ਟਾਈਮ ਇਹ ਵਰਤਾਰਾ ਵਾਪਰ ਰਿਹਾ ਇਹਦਾ ਮਤਲਬ ਹੈ ਹੁਣੀ ਇੰਟਰਨੈਟ ਦਾ ਜੋਗੋਂ ਤੋਂ ਹੀ ਜਾਣਬੁੱਝ ਕੇ ਜਾਂ ਕੋਈ ਵੇਲੇ ਬੈਠੇ ਜਿਵੇਂ ਆਪਾਂ ਗੱਲ ਕਰੀਏ ਇਹਦਾ ਮਤਲਬ ਉਹੀ ਪ੍ਰਭਾਵ ਹੈ ਕਿਉਂਕਿ ਖਾਲਸਾ ਕੌਮ ਹੁਣ ਇਸ ਤਰ੍ਹਾਂ ਲੱਗਦਾ ਹੈ ਜੇ ਅੱਜ ਆਪਾਂ ਕੋਈ ਪੋਸਟ ਵੇਖ ਲਈਆਂ ਲੱਗਦਾ ਸਿੱਖ ਕੌਮ ਗਈ ਬਸ ਖਤਰਾ ਹੈ ਪੰਥ ਨੂੰ ਖਤਰਾ ਹੈ ਪਤਾ ਨਹੀਂ ਕੀ ਹੋ ਗਿਆ ਜਿਵੇਂ ਤੁਸੀਂ ਕਹਿਆ ਸੀ ਰੇ ਕਾਲਸਾ ਸੱਭ ਨੂੰ ਵੀ ਲੋਕ ਨਹੀਂ ਬਖਸ਼ ਰਹੇ ਪਰ ਸਵਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਵੀ ਪਹਿਲਾਂ ਵੀ ਤਾਂ ਫਿਰ ਖਾਲਸਾ ਇੱਥੇ ਸੀ ਸਿੱਖ ਕੌਮ ਇੱਥੇ ਵਿਚਰ ਰਹੀ ਸੀ ਉਦੋਂ ਕਿਉਂ ਨਹੀਂ ਸੀ ਖਤਰਾ ਨਹੀਂ ਖਤਰਾ ਪਹਿਲਾਂ ਵੀ ਨਹੀਂ ਸੀਗਾ ਜਾਂ ਕਹੋ ਖਤਰਾ ਪਹਿਲਾਂ ਵੀ ਸੀ ਹੁਣ ਵੀ ਹੈ ਪਹਿਲਾਂ ਵੀ ਅਸੀਂ ਜੰਗਾਂ ਲੜੀਆਂ ਅਸੀਂ ਯੁੱਧ ਲੜੇ ਐ ਹੁਣ ਵੀ ਅਸੀਂ ਲੜ ਰਹੀਆਂ ਪਹਿਲਾਂ ਅਸੀਂ ਜਿਹੜਾ ਹੈਗਾ ਕਿਰਪਾਨਾਂ ਨਾਲ ਲੜੀਆਂ ਹੁਣ ਅਸੀਂ ਜਿਹੜਾ ਹੈਗਾ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਲੜ ਰਹੀ ਹੈਗੀਆਂ ਪਰੰਤੂ ਕਮੀ ਜਿਹੜੀ ਆ ਕੇ ਸਾਨੂੰ ਇਹੇ ਮਾਰਦੀ ਹੈ ਕਿ ਸਾਡੇ ਕੋਲੇ ਜਿਹੜਾ ਹੈਗਾ ਇਹ ਜਿਹੜਾ ਸੋਸ਼ਲ ਮੀਡੀਆ ਨੂੰ ਮੈਂ ਦੋਸ਼ ਦਿੰਨਾ ਕਿ ਇੱਥੇ ਜਿਹੜਾ ਹੈਗਾ ਕੁਐਸਚਨ ਗਣਾ ਆਏ ਜਾਂਦੇ ਆ ਕਿ ਤੁਹਾਡਾ ਦੁਸ਼ਮਣ ਫਲਾਣਾ ਖੜਾ ਫਲਾਨੀ ਸੰਸਥਾ ਤੁਹਾਡੀ ਦੁਸ਼ਮਣ ਹੈ ਇਹ ਸੰਸਥਾ ਤੁਹਾਡੀ ਦੁਸ਼ਮਣ ਹੈ ਜਿਹੜੇ ਸਾਡੇ ਬੁੱਧੀਜੀਵੀ ਆ ਉਹ ਇਹ ਨਹੀਂ ਗਿਣਾਉਂਦੇ ਕਿ ਆਹ ਦੁਸ਼ਮਣ ਆਏ ਆ ਇਹਨੂੰ ਆਏ ਖਤਮ ਕੀਤਾ ਜਾਣਾ ਇਹ ਜਿਹੜਾ ਸਾਡਾ ਜਿਹੜਾ ਹੈਗਾ ਇਹ ਸਿਸਟਮ ਹੈ ਇਹ ਸਾਡਾ ਫਿਊਚਰ ਪਲਾਨ ਹੈਗਾ ਸਾਨੂੰ ਉਸ ਪਲਾਨ ਦੀ ਜਿਹੜੀ ਹੈਗੀ ਹੈ ਜ਼ਰੂਰਤ ਹੈ ਮੈਂ ਕਹਿੰਦਾ ਹੋਊਗਾ ਕਿਉਂਕਿ ਬਹੁਤ ਵੀਰੇ ਕਹਿਣਗੇ ਕਿ ਅਰੇ ਉਹ ਫੁਲਾਨੇ ਨੇ ਪਲਾਨ ਬਣਾਇਆ ਉਸਨੇ ਬਣਾ ਯਾਰ ਹੋਣਗੇ ਸਾਡੇ ਤੱਕ ਤਾਂ ਨਹੀਂ ਪਹੁੰਚਿਆ ਜੇ ਮੇਰੇ ਤੱਕ ਨਹੀਂ ਪਹੁੰਚਿਆ ਤਾਂ ਮੇਰੇ ਵਰਗੇ ਹੋਰ ਕਈ ਭਰਾਵਾਂ ਤੱਕ ਨਹੀਂ ਪਹੁੰਚਿਆ ਤਾਂ ਉਹ ਜਿਹੜੀ ਪ੍ਰੋਪਰ ਪਲਾਨਿੰਗ ਹੈ ਉਹ ਜੀ ਸਹੀ ਪਲਾਨਿੰਗ ਹੈਗੀ ਹੈ ਉਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਮੈਂ ਨਹੀਂ ਕਹਿੰਦਾ ਖਾਸਸੇ ਨੂੰ ਕੋਈ ਖਤਰਾ ਨਹੀਂ ਹੈਗਾ ਖਾਸਸਾ ਪੰਥ ੱਗੇ ਵਧ ਰਿਹਾ ਜੇਕਰ ਮੇਰੇ ਵਰਗੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਪੱਤੇਤ ਸਿੱਖ ਜਿਹੜੇ ਹੈਗੇ ਆ ਥੋੜੇ ਜੇ ਸਹੀ ਰਸਤੇ ਦੇ ਤੁਰਪੇ ਹੈਗੇ ਆ ਤਾਂ ਇਹਦਾ ਮਤਲਬ ਹੈ ਕਿ ਗਿਣਤੀ ਵਧੀ ਹੈ ਘੱਟੀ ਥੋੜੇ ਜਿਹਾ ਤਾਂ ਦੋ ਜਣੇ ਵਧੇ ਆ ਅਸੀਂ ਕਿਵੇਂ ਕਹਿ ਸਕਦੇ ਹਾਂ ਖਾਸ ਗਿਣਤੀ ਘਟ ਰਹੀ ਹੈ ਗਿਣਤੀ ਵੱਧ ਰਹੀ ਹੈ ਸਭ ਕੁਝ ਹੈਗਾ ਜੋ ਚੀਜ਼ਾਂ ਪਹਿਲੀਆਂ ਸੀ ਉਸੇ ਤਰੀਕੇ ਦੀਆਂ ਪਰੰਤੂ ਹੁਵਾ ਜ਼ਿਆਦਾ ਕ੍ਰੀਏਟ ਕੀਤਾ ਗਿਆ ਹੈ ਕਿ ਆਹ ਚੀਜ਼ ਇਸ ਤਰ੍ਹਾਂ ਇੱਥੇ ਕੁਝ ਨਹੀਂ ਹੈਗਾ ਕੋਈ ਕੋਈ ਚੀਜ਼ ਨਹੀਂ ਖਾਸ ਤੈ ਨੂੰ ਮਾਰ ਸਕਦੀ ਜਿਹਨੂੰ ਗੁਰੂ ਨੇ ਆਪ ਜਾਂ ਆਪੋ ਥਾਪੜਾ ਦਿੱਤਾ ਹੋਵੇ ਉਹਨੂੰ ਕਿਸ ਤਰੀਕੇ ਨਾਲ ਕੋਈ ਖਤਮ ਕਰ ਸਕਦਾ ਇੱਕ ਚੱਲਦੇ ਚੱਲਦੇ ਤੁਹਾਨੂੰ ਸਵਾਲ ਪੁੱਛਣਾ ਚਾਹਾਂਗੇ ਜਦੋਂ ਅੰਮ੍ਰਿਤ ਨਹੀਂ ਸੀ ਛਕਿਆ ਉਸ ਤੋਂ ਪਹਿਲਾਂ ਦੀ ਜਿਹੜੀ ਜ਼ਿੰਦਗੀ ਉਹ ਸਭ ਜਾਣਦੇ ਨੇ ਜਦੋਂ ਤੁਸੀਂ ਜਿਸ ਦਿਨ ਅਮਰਿਤ ਛਕਿਆ ਜਦੋਂ ਤੁਸੀਂ ਸੰਗਤ ਦੇ ਵਿੱਚ ਆ ਰਹੇ ਸੀ ਜਾਂ ਉਸ ਤੋਂ ਬਾਅਦ ਜਦੋਂ ਤੁਸੀਂ ਇਸ ਤਰ੍ਹਾਂ ਸਜ ਕੇ ਜਾਂਦੇ ਹੋ ਤੁਹਾਨੂੰ ਕੋਈ ਵੱਖਰਾ ਹੁਣ ਮਹਿਸੂਸ ਹੁੰਦਾ ਹੈ ਜਾਂ ਲੋਕ ਕਿਵੇਂ ਵੇਖਦੇ ਨੇ ਹਾਂਜੀ ਵੀਰ ਜੀ ਬਹੁਤ ਵਧੀਆ ਫੀਲ ਹੁੰਦਾ ਐਦਾਂ ਮਾਣ ਮਹਿਸੂਸ ਹੁੰਦਾ ਕਿ ਅਸੀਂ ਦੁਨੀਆ ਤੋਂ ਅਲੱਗ ਹਾਂ ਹਾਂਜੀ ਤੇ ਦੁਨੀਆ ਵੇਖਦੀ ਵੀ ਆ ਉਸ ਚੀਜ਼ ਦਾ ਇੰਪ੍ਰੈਸ਼ਨ ਵੀ ਸੋਹਣਾ ਪੈਂਦਾ ਹੈ ਨਾ ਤੇ ਹੋ ਸਕਦਾ ਸਾਨੂੰ ਵੇਖ ਕੇ ਕੋਈ ਇੱਕ ਅੱਧਾ ਹੀ ਨਾਲ ਜੁੜੇ ਤੇ ਕਹਿੰਦੇ ਆ ਵੀ ਕਈ ਵਾਰੀ ਕਿਸੇ ਨੂੰ ਮਾੜਾ ਜਾਂ ਤੱਕਾ ਲੱਗਣ ਦੀ ਲੋਡ ਹੁੰਦੀ ਆ ਮਨਤ ਅੰਦਰ ਹੁੰਦਾ ਹੀ ਆ ਥੋੜਾ ਜਿਹਾ ਵੇਖ ਕੇ ਹੀ ਮਨ ਅਗਲੇ ਦਾ ਪੱਕਾ ਹੋ ਜਾਂਦਾ ਹੋ ਸਕਦਾ ਇਸ ਤਰ੍ਹਾਂ ਹੀ ਹੋਵੇ ਹੈ ਨਾ ਪਰ ਬਹੁਤ ਚੰਗਾ ਲੱਗਦਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਅਸੀਂ ਖਾਲਸਾ ਰੂਪ ਚ ਜਾਣੇ ਆ ਤੇ ਬਹੁਤ ਹੀ ਵਧੀਆ ਲੱਗਦਾ ਹਾਂ ਜੀ ਤੇ ਹਾਂਜੀ ਹਾਂਜੀ ਕੁਸਰ ਡਾਕਟਰ ਸਾਹਿਬ ਕਹਿਣਾ ਚਾਹ ਰਹੇ ਨੇ ਜੀ ਦੇਖੋ ਫਸਟ ਡੇ ਜਿਹੜੋ ਸ਼੍ਰੀ ਕਾਲ ਤਖਸਾਲ ਸਾਬ ਤੋਂ ਅਸੀਂ ਅੰਮਤ ਪਾਣ ਕਰਨ ਗਏ ਹਾਂ ਮੇਰੀ ਸਥਿਤੀ ਇਹ ਸੀਗੀ ਪਹਿਲਾਂ ਰੋ ਰੋ ਕੇ ਉੱਥੇ ਪਹੁੰਚਿਆ ਮੁੜ ਕੇ ਜਦੋਂ ਉੱਥੋਂ ਉਹਨਾਂ ਨੇ ਆਵਾਜ਼ ਦਿੱਤੀ ਕਿ ਜਿਹੜਾ ਕੋਈ ਜਾਣਾ ਚਾਹੁੰਦਾ ਵੀ ਆ ਸਾਡੀ ਰਹਿਤ ਮਰਿਆਦਾ ਉੱਪ ਜਾ ਸਕਦਾ ਤਾਂ ਮਨ ਕੀਤਾ ਕਿ ਭੱਜ ਜੀ ਭੱਜ ਜੀ ਛੱਡ ਦिए ਕਿ ਰਹਿਣ ਦिए ਉਸ ਤੋਂ ਬਾਅਦ ਦੇ ਵਿੱਚ ਆ ਕੇ ਜਿਹੜਾ ਹੈਗਾ ਬਾਹਰ ਮੈਸੇਜ ਤੇ ਇੱਕ ਫੋਟੋ ਕਰਵਾ ਦਿੱਤੀ ਉਹ ਸੈਭ ਸਿੰਘ ਨੂੰ ਭੇਜ ਦਿੱਤੀ ਤਾਂ ਸੋਚਿਆ ਕਿ ਚਲ ਇੱਕ ਫੋਟੋ ਚਲੀ ਗਈ ਹੈ ਤਾਂ ਹੁਣ ਕੋਈ ਗਾਤਰਾ ਪਾਈ ਰੱਖਾਂਗੇ ਪੰਜ ਬਾਣੀਆਂ ਨਾ ਕਰਿਆ ਕਰਾਂਗੇ ਅੱਛਾ ਕਿਰ ਜਪਜੀਤ ਸਿੰਘ ਦਾ ਪਾਠ ਕਰ ਲਿਆ ਕਰਾਂਗੇ ਤੇ ਬਾਕੀ ਲੋਕਾਂ ਨੂੰ ਨਾਂ ਦਸੀਏ ਤਾਂ ਉੱਥੋਂ ਲੈ ਕੇ ਪਿੰਡ ਤੱਕ ਤੁਰੇ ਆਉਂਦੇ ਆਉਂਦੇ ਦੋਵਾਂ ਨੇ ਇਹੀ ਵਿਚਾਰ ਸੀਗਾ ਗਲਤ ਕੰਮ ਕਰ ਲਿਆ ਕਿਤੇ ਇਹ ਜਿਹੜਾ ਹੈਗਾ ਹੁਣ ਆਪਾਂ ਐ ਕਰੀਏ ਰੋਲਾ ਨਾ ਪਾਈਏ ਤੇ ਆ ਹੀ ਅੰਦਰ ਹੀ ਅੰਦਰ ਠੱਪ ਦਈਏ ਇਹਨੂੰ ਤਾਂ ਇਹ ਐਸੀ ਪੁੱਤਿਓ ਇਹ ਦੋਆਂ ਦੇ ਉੱਪਰ ਹੀ ਘਟਨਾ ਸੀ ਇਸ ਤਰ੍ਹਾਂ ਹੋਇਆ ਹਾਂਜੀ ਹਾਂਜੀ ਮਨ ਉਦੋਂ ਹੀ ਡੋਲਣਾ ਸ਼ੁਰੂ ਹੋ ਗਿਆ ਕਸਮ ਨਾਲ ਉਦੋਂ ਹੀ ਮਨ ਅੰਦਰ ਬੈਠਾ ਵੀ ਐ ਲੱਗ ਰਿਹਾ ਸੀ ਵੀ ਇਹ ਨਾ ਹੋਵੇ ਕਿਤੇ ਅਸੀਂ ਕੋਈ ਵੀ ਸਾਡੇ ਤੋਂ ਪੂਰਾ ਨਾ ਪਵੇ ਹਨਾ ਵੀ ਨੀਬਿਆ ਨਾ ਜਾਵੇ ਨਾਲ ਚੰਗੀ ਤਰ੍ਹਾਂ ਹਨਾ ਦੇ ਇਸ ਤਰ੍ਹਾਂ ਰਾਤ ਚੋਂਦੇ ਸੀ ਚੁੱਪ-ਚਾਪ ਆਰਾਮ ਨਾਲ ਚੁੱਪ ਕਰਕੇ ਆਏ ਆ ਥੋੜਾ ਮਨ ਉਦਾਸ ਵੀ ਸੀ ਖੁਸ਼ ਵੀ ਸੀ ਕੋਈ ਸਮਝ ਨਹੀਂ ਸੀ ਆ ਰਹੀ ਵੀ ਅਸੀਂ ਸਹੀ ਕੀਤਾ ਕਿ ਗਲਤ ਕੀਤਾ tho ਹਲੇ ਥੋੜੇ ਦਿਨ ਤੱਕ ਉਹ ਚੱਲਦਾ ਰਿਹਾ ਕਾਫੀ ਦਿਨ ਤੱਕ ਚੱਲਦਾ ਰਿਹਾ ਨਾ ਹੀ ਇਸ ਇਸਤਮ ਹਾਂਜੀ ਮੇ ਉਹ ਕਹਿੰਦੇ ਆ ਬਈ ਤੁਹਾਨੂੰ ਰੋਕਿਆ ਜਾਂਦਾ ਜਦੋਂ ਤੁਸੀਂ ਚੰਗੇ ਪਾਸੇ ਜਾਂਦੇ ਹੋ ਤੁਹਾਨੂੰ ਜੋ ਵੀ ਮਾੜੀਆਂ ਰੂਹਾਂ ਜੋ ਵੀ ਉਹ ਤੁਹਾਨੂੰ ਰੋਕਦੀਆਂ ਤੇ ਇਸ ਤਰ੍ਹਾਂ ਬਹੁਤ ਪ੍ਰੈਸ਼ਰਾਈਜ਼ਡ ਹੋਏ ਆ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਦਾ ਬਹੁਤ ਫਰਕ ਪਿਆ ਸਾਡੀ ਜ਼ਿੰਦਗੀ ਤੇ ਪਰ ਉਹ ਆ ਵੀ ਵਾਹਿਗੁਰੂ ਨੇ ਹੌਸਲਾ ਦੇ ਹੀ ਰੱਖਿਆ ਤੇ ਨਾਲ ਜੁੜੇ ਹੋਏ ਆ ਤੇ ਮੇਰ ਕਰੇ ਵਾਹਿਗੁਰੂ ਅੱਗੇ ਤੋਂ ਵੀ ਜੁੜੇ ਰਹੀਏ ਇਸ ਤਰ੍ਹਾਂ ਦਾ ਵੈਸੇ ਬੜੀ ਅਜੀਬ ਗੱਲ ਦੱਸੀ ਡਾਕਟਰ ਸਾਹਿਬ ਉਹਨਾਂ ਨੇ ਕਿ ਅਮਰਤ ਸ਼ਕਨ ਤੋਂ ਬਾਅਦ ਸਿੰਘ ਸਜਣ ਤੋਂ ਬਾਅਦ ਵੀ ਥੋੜਾ ਡੋਲ ਰਹੇ ਸਨ ਕਾਰਨ ਉਸ ਦਾ ਇੱਕ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਅਸੀਂ ਲੋਕ ਜੋ ਤੁਹਾਨੂੰ ਵੇਖ ਰਹੇ ਆ ਜੋ ਲੋਕ ਵੀ ਪ੍ਰਮਾਤਮਾ ਤੋਂ ਬਾਅਦ ਉਹਦੀ ਜਿਹੜੀ ਇਹ ਸੰਗਤ ਹੈ ਉਹ ਵੀ ਵਾਚਰੀ ਹੁੰਦੀ ਹੈ ਵੀ ਕੌਣ ਕੀ ਕਿਸ ਤਰ੍ਹਾਂ ਕਰ ਰਿਹਾ ਹੈ ਤੁਹਾਡਾ ਕਾਰਨ ਇਸ ਤਰ੍ਹਾਂ ਦਾ ਇਹ ਹੋ ਸਕਦਾ ਹੈ ਕਿਉਂਕਿ ਤੁਸੀਂ ਜਿਵੇਂ ਕਮਿਊਨਿਸਟ ਵਿਚਾਰਧਾਰਾ ਦੇ ਵਿੱਚ ਜਿਹੜੀਆਂ ਆਪਾਂ ਜੀ ਕਿਤਾਬਾਂ ਪੜ੍ਹੀਏ ਇੱਕ ਇਨਸਾਨ ਨੂੰ ਚੰਗਾ ਬਣਨ ਨੂੰ ਪ੍ਰੇਰਿਤ ਕਰਦੇ ਨੇ ਕਿ ਚੰਗਾ ਕਰਨ ਦੀ ਸੇਧ ਦਿੰਦੀਆਂ ਨੇ ਅੱਜ ਅਸੀਂ ਤੁਹਾਡੇ ਵਿਚਾਰ ਸੁਣੇ ਨੇ ਸਾਨੂੰ ਇੱਕ ਸਿੱਖਣ ਨੂੰ ਸਾਨੂੰ ਵੀ ਚੀਜ਼ ਵਧੀਆ ਲੱਗੀ ਹੈ ਕਿ ਜੇ ਕੋਈ ਕਿਸੇ ਨੇ ਇਸ ਤਰ੍ਹਾਂ ਦੀ ਕਮਿਊਨਿਸਟ ਵਿਚਾਰਧਾਰਾ ਨੂੰ ਵੀ ਪੜਿਆ ਹੋਇਆ ਹੈ ਤਾਂ ਉਹ ਇੱਕ ਪਹਿਲੀ ਪੌੜੀ ਸਮੇਂ ਦਾ ਸੱਚ ਦੇ ਰਾਹ ਤੇ ਚੱਲਣ ਦੀ ਤੇ ਉਸ ਤੋਂ ਬਾਅਦ ਚ ਅਮਰਤ ਛਕਣਾ ਤੁਸੀਂ ਕਾਫੀ ਦੂਰ ਸਮਝਦੇ ਸੀ ਜਦੋਂ ਕਿ ਆਮ ਲੋਕ ਜਿਹੜੇ ਨੇ ਜਿ ਕੈਲੀ ਉਹ ਵਿਦਿਆਰਥੀ ਹੀ ਨਹੀਂ ਬਣੇ ਤੇ ਉਹ ਇਧਰੋਂ ਵੀ ਸਿੱਧੇ ਚਲੇ ਜਾਂਦੇ ਨੇ ਤੇ ਕਈ ਵਾਰ ਫਿਰ ਉਹ ਮਾਰ ਵੀ ਖਾ ਜਾਂਦੇ ਨੇ ਜਿਹੜਾ ਬੱਚਾ ਹੁੰਦਾ ਉਹਨੂੰ ਸੱਚਮੁੱਚ ਥੋੜਾ ਡਰ ਲੱਗਦਾ ਜਿਹੜਾ ਮਾਣਦਾਰ ਬੱਚਾ ਉਹਨੂੰ ਸੱਚੀਉਂ ਡਰ ਹੁੰਦਾ ਕਿ ਮੇਰੇ ਤੋਂ ਇਹ ਗਲਤੀ ਨਾ ਹੋ ਜੇ ਮੈਸਟਰ ਪਤਾ ਨਹੀਂ ਕੀ ਕਰੇਗਾ ਤੇ ਸਾਡਾ ਮੈਸਟਰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਅਖੀਰ ਦੇ ਵਿੱਚ ਅਸੀਂ ਚਾਹਾਂਗੇ ਵੀ ਕੁਝ ਕੋਈ ਸੰਦੇਸ਼ ਕੁਝ ਕਹਿਣਾ ਚਾਹੋਗੇ ਖਾਲਸਾ ਕੀ ਕਹਿਣਾ ਚਾਹੁੰਦਾ ਜੀ ਨਹੀਂ ਇਹ ਹੀ ਕਹਿਣਾ ਚਾਹੁੰਦਾ ਕਿ ਕਟੋ ਕਟ ਉਸ ਪਿਓ ਦੇ ਪੁੱਤ ਬਣੀਆਂ ਯਾਰ ਜੀ ਜਿਹਨੇ ਆਪਣਾ ਸਭ ਕੁਝ ਵਾਰ ਦਿੱਤਾ ਤੇ ਸਾਨੂੰ ਉਸਦੇ ਬਹੁਤ ਪਾਸੇ ਵਧਣਾ ਚਾਹੀਦਾ ਹੈ ਮੇਰੇ ਉਹ ਵੀਰ ਜਿਹੜੇ ਇਹ ਸੋਚਦੇ ਐ ਕਿ ਅਸੀਂ ਤਾਂ ਯਾਰ ਕੋਈ ਜਿ ਸਾਡੇ ਘਰੇ ਕੁਐਸਚਨ ਸੀ ਮਮੀ ਨੂੰ ਕਿ ਆਪਾਂ ਛਕ ਲਈਏ ਆਪਾਂ ਕਿਹੜਾ ਨਾ ਆਪਾਂ ਸ਼ਰਾਬ ਪਿੰਦੇ ਨਾ ਆਪਾਂ ਮੀਟ ਖਾਂਦੇ ਨਾ ਆਪਾਂ ਆਂਡਾ ਖਾਂਦੇ ਕਦੇ-ਕਦੇ ਮੀਟ ਆਂਡਾ ਖਾ ਲੈਂਦੇ ਸੀ ਪਹਿਲਾਂ ਤੇ ਆਪਾਂ ਕੋਈ ਸ਼ਰਾਬ ਨਹੀਂ ਪਿੰਦੇ ਅਮਰਤੀ ਆ ਆਪਣਾ ਤਾਂ ਜਿਹੜੇ ਮੇਰੇ ਵੀਰੇ ਇਹੋ ਜੀ ਸੋਚ ਰੱਖ ਕੇ ਬੈਠੇ ਆ ਤਾਂ ਨਹੀਂ ਅੰਮ੍ਰਿਤ ਅਮਰਤ ਹੀ ਹੈ ਤੇ ਜੇਕਰ ਅਸੀਂ ਉਹ ਪਾਣ ਅਮਰਤ ਪਾਣ ਕਰਦੇ ਆ ਤਾਂ ਜ਼ਿੰਦਗੀ ਨਾ ਵਾਕਿਆ ਬਦਲਦੀ ਹੈ ਠੀਕ ਹੈ ਕੁਝ ਦਿਨ ਔਖੇ ਹੁੰਦੇ ਆ ਉਹ ਮੈਂ ਵੀ ਸਮਝਦਾ ਕਿ ਮੇਰੇ ਵੀ ਔਖੇ ਐ ਮੈਂ ਹਜੇ ਤੱਕ ਉਹਨਾਂ ਦਿਨਾਂ ਵਿੱਚ ਦੀ ਲੰਘ ਰਿਹਾ ਹੈਗਾ ਜਿਹੜੇ ਕਿ ਮੈਂ ਕਹਿੰਨਾ ਕਿ ਮੇਰਾ ਰੱਬ ਨੇ ਪਰਚਾ ਪਾਇਆ ਹੋਇਆ ਟੋਟਲ ਸਿਸਟਮ ਬਦਲ ਗਿਆ ਜਿਹੜਾ ਰਾਤ ਤੱਕ ਸਵੇਰੇ 8:30 ਵਜੇ ਉੱਠਣ ਵਾਲਾ ਬੰਦਾ ਪ੍ਰਮਾਤਮਾ ਨੇ ਕੰਨੋਂ ਫੜ ਕੇ ਉਹਨੂੰ ਰਾਤ ਨੂੰ 12 ਵਜੇ ਉਠਾ ਦਿੰਦੇ ਐ 12 ਵਜੇ ਉਠਾ ਕੇ ਫੇਰ ਸੁਵਾ ਦਿੰਦੇ ਐ ਫੇਰ ਤੜਕੇ 4 ਵਜੇ ਉਠਾ ਦਿੰਦੇ ਐ ਮੈਂ ਅਲਾਰਮ ਤੇ ਵੀ ਨਹੀਂ ਉੱਠਦਾ ਸੀਗਾ ਬਿਨਾ అలਾਰਮ ਤੋਂ ਪੂਰੇ 12 ਵਜੇ ਮੈਸੇਜ ਨੂੰ ਡੈਲੀ ਦਿਖਾਉਣਾ ਕਿ ਆਹ ਦੇਖ ਲੈ ਘੜੀ ਤੇ 12 ਵਜੇ ਗਏ ਤੇ ਮੈਂ ਉੱਠ ਖਣਾ ਮਤਲਬ ਕੋ ਇਸ ਕਰਕੇ ਕਿਉਂਕਿ ਇਹ ਸੋਚਦੀ ਹੈ ਕਿ ਬੰਦਾ ਪਤਾ ਨਹੀਂ ਸਾਈਕੀ ਹੋ ਗਿਆ ਹੈ ਕਿ ਮਤਲਬ ਕੀ ਕਹਿੰਦਾ ਕਿ 12 ਵਜੇ ਮੈਂ 12 ਵਜੇ ਜਾਗ ਆਉਂਦੀ ਆ ਮੈਂ ਕਿਹਾ ਉਹ ਪਰਮਾਤਮਾ ਦੀ ਸ਼ਕਤੀ ਤਾਂ ਸਾਰਿਆਂ ਨੂੰ ਮੈਂ ਇਹ ਹੀ ਬੇਨਤੀ ਕਰਦਾ ਕਿ ਦੇਖੋ ਕਾ ਸਾਈਓ ਆਪਣੇ ਸંત ਜਨੈ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੀ ਕਹਿੰਦੇ ਸੀ ਜੋ ਸਿੱਖ ਹੈ ਉਹ ਸੰਪੂਰਨ ਸਿੱਖ ਬਣੇ Hindu ਸੰਪੂਰਨ Hindu ਬਣੇ Musalman ਸੰਪੂਰਨ Musalman ਬਣੇ Christian ਸੰਪੂਰਨ Christian ਬਣੇ ਤਾਂ ਇਹ ਜਿਹੜੀ ਕਾਇਨਾਤ ਹੈ ਇਹ ਜਿਹੜੀ ਦੁਨੀਆ ਇਹ ਸਵਰਗ ਬਣ ਜਾਵੇ ਹਰ ਕੋਈ ਆਪਣੇ ਆਪਣੇ ਧਰਮ ਦੇ ਪ੍ਰਤੀ ਪਰਿਪੱਕ ਹੋ ਜਾਵੇ ਅਧ ਵਿਚਾਲੇ ਜੇ ਕੰਮ ਆਪਾਂ ਜਰਾ ਦਿਨ ਨਾ ਲੈ ਕੇ ਚੱਲੀਏ बस यही कहना चाहूंगा जी कुलदीप जी जਵੇਂ ਤੁਸੀਂ ਗੱਲ ਕਰੀਏ ਥੋੜਾ ਹੋਰ ਵੀ ਚਾਹਾਂਗੇ ਇਸ ਦੇ ਵਿੱਚ ਤੁਸੀਂ ਜੇ ਉਸ ਗੱਲ ਨੂੰ ਆਪ ਹੀ ਤੁਸੀਂ ਉਸ ਦਾ ਥੋੜਾ ਜਿਹਾ ਸੰਖੇਪ ਵਿੱਚ ਕੁਝ ਜਵਾਬ ਦੇਣਾ ਚਾਹੋ ਇੱਕ ਜਲਵੇੜੀ ਸਰਹੰਦ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਉੱਥੇ ਇੱਕ ਗੁਰੂ ਦਾ ਸਿੰਘ ਹੈ ਉਹ ਜਿੰਨੇ ਵੀ ਕਾਰਜ ਕਰਦੇ ਨੇ ਕਿਸਾਨ ਇੱਕ ਕੁਦਰਤੀ ਖੇਤੀ ਨੂੰ ਅਪਣਾਇਆ ਹੋਇਆ ਤੇ ਉਹ ਹਰ ਕੰਮ ਜਿਹੜਾ ਵੀ ਕਰਦੇ ਨੇ ਉਹ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤੇ ਸਿੰਘ ਦੇ ਨਾਮ ਤੋਂ ਬਿਨਾ ਕੁਝ ਕਹਿੰਦੇ ਹੀ ਨਹੀਂ ਸਾਰਾ ਦਿਨ ਉਹ 24 ਘੰਟੇ ਛੋਟੇ 7 ਵਜੇ ਦਾ ਨਾਮ ਲੈਂਦੇ ਰਹਿੰਦੇ ਨੇ ਜਿਹੜੇ ਵੀ ਕਾਰਜ ਨੂੰ ਕਰਦੇ ਨੇ ਹੱਥੀਂ ਖੁਦ ਕਿਰਤ ਕਰਦੇ ਨੇ ਦੋਨੇ ਬੱਚੇ ਉਹਨਾਂ ਦੇ ਆਫੀਸਰ ਵੱਡੇ ਲੱਗ ਗਏ ਨੇ ਉਹ ਕਹਿੰਦੇ ਮੈਂ ਕਿਸੇ ਨੂੰ ਪੜਾਉਣ ਵਾਸਤੇ ਨਹੀਂ ਕਿਸੇ ਨੂੰ ਪੜਨ ਵਾਸਤੇ ਨਹੀਂ ਕਿਹਾ ਨੌਕਰੀ ਲੱਗਣਾ ਹੀ ਕਹਿੰਦਾ ਇਹ ਉਹ ਦੇ ਆਏ ਜਾ ਕੇ ਆਪਣੇ ਕਾਗਜ਼ ਭਾਰੇ ਕਹਿੰਦਾ ਮੈਨੂੰ ਨਹੀਂ ਅਣਪੜ੍ਹਨ ਨੂੰ ਪਤਾ ਮੈਂ ਉਹਨਾਂ ਨੂੰ ਕਿਹਾ ਸੀ ਬਾਬੇ ਜੋਰਾਵਾਰ ਸਿੰਘ ਬਾਬੇ ਫਤੇ ਸਿੰਘ ਦਾ ਕੰਮ ਹੈ ਤੁਹਾਨੂੰ ਉੱਥੇ ਲਾਣਾ ਉਹ ਦੋਨੇ ਅਫਸਰ ਵੀ ਲੱਗੇ ਨੇ ਕੀ ਵੀਰੇ ਏ ਸਮਝਿਆ ਜਾਵੇ ਜਿਹੜੇ ਲੋਕ ਕਈ ਵਾਰੀ ਸੋਚਦੇ ਨੇ ਪਤਾ ਨਹੀਂ ਵੀ ਇਹ ਮਾਨਸਿਕ ਤੌਰ ਤੇ ਕਿਵੇਂਵੇਂ ਪਰ ਅੱਜ ਉਸ ਦੇ ਕਰ ਰੰਗ ਲੱਗੇ ਹੋਏ ਨੇ ਫਿਰ ਇਹਦਾ ਮਤਲਬ ਇਹ ਮੰਨ ਲਿਆ ਜਾਵੇ ਵੀ ਜਿਹੜਾ ਕੁਲਦੀਪ ਏ ਜਿਸ ਤਰ੍ਹਾਂ ਦੀ ਉਹ ਬਜ਼ੁਰਗ ਮਹਿਸੂਸ ਕਰਦੇ ਨੇ ਕੁਲਦੀਪ ਸਿੰਘ ਨੂੰ ਵੀ ਉਹੀ ਉਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਦੇਖਣ ਵਾਲੇ ਨੂੰ ਇਹ ਕੁਝ ਵੀ ਲੱਗ ਸਕਦਾ ਹੈ ਹੈਨਾ ਕਿ ਜਿਹੜਾ ਹੈਗਾ ਯਾਰ ਇਹ ਕੀ ਹੋ ਗਿਆ ਕਿਉਂ ਜਿਹੜਾ ਹੈਗਾ ਜਿਸ ਤਰ੍ਹਾਂ ਕਿ ਸਵੇਰੀ ਮੱਝ ਨੂੰ ਪਾਣੀ ਪਿਆ ਰਿਹਾ ਹੈਨਾ ਤੇ ਉਸ ਸਮੇਂ ਜਿਹੜਾ ਹੈਗਾ ਮੂਲ ਮੰਤਰ ਦਾ ਪਾਠ ਕਰ ਰਹੇ ਹਾਂ ਤਾਂ ਅਗਲਾ ਕੋਈ ਕਹਿ ਸਕਦਾ ਕਿ ਜਾਂ ਦੇਖੇ ਜਿਹੜਾ ਹੈਗਾ ਇਸ ਤਰ੍ਹਾਂ ਬੋਲੀ ਜਾਂਦਾ ਕਿਉਂਕਿ ਦੇਖੋ ਅਲੱਗ-ਅਲੱਗ ਮਾਹੌਲ ਹੁੰਦੇ ਆ ਹਨ ਕਿਸੇ ਟਾਈਮ ਤੇ ਉਸ ਟਾਈਮ ਤੇ ਕੋਈ ਗਾਣਾ गा ਰਿਹਾ ਹੁੰਦਾ ਕਿਸੇ ਦਾ ਡੈਕ ਉੱਚਾ ਵੱਜ ਰਿਹਾ ਉਸ ਨੂੰ ਡੈਕ ਚੰਗਾ ਲੱਗਦਾ ਕਿਸੇ ਨੂੰ ਗਾਣਾ ਚੰਗਾ ਲੱਗਦਾ ਤੇ ਇਸ ਟਾਈਮ ਤੇ ਇਹ ਸਾਡੀ ਇਹ ਗੱਲ ਹੈ ਮੈਂ ਮਿਸੇਜ ਨੇ ਪੁੱਛਿਆ ਇਹ ਤੇ ਟੀਵੀ ਦੇ ਉੱਪਰ ਜਿਹੜਾ ਇੰਤਖਸ਼ਰੀ ਚੱਲ ਰਹੀ ਤਾਂ ਮੈਂ ਇੰਤਖਸ਼ਰੀ ਮੰਦਰ ਜਾ ਕਿਉਂਕਿ ਮੈਂ ਕਿਹਾ ਕੀ ਬੇਵਕੂਫ ਲੋਕ ਹੈ ਤਾਂ ਯਾਰ ਅਸੀਂ ਤਾਂ ਦੇਖਦੇ ਸੀਗੇ ਕੁਝ ਦਿਨ ਪਹਿਲਾਂ ਅੱਜ ਸਾਨੂੰ ਉਹ ਹੋਰ ਤਰੀਕੇ ਦੇ ਲੱਗ ਰਹੇ ਐ ਤਾਂ ਜੇ ਸਾਨੂੰ ਉਹ ਬੇਵਕੂਫ ਲੱਗ ਰਹੇ ਤਾਂ ਕਿਸ ਨੂੰ ਅਸੀਂ ਲੱਗ ਰਹੇ ਹੋਵਾਂਗੇ ਫੇਰ ਕਿਹੜੀ ਗੱਲ ਹੈ ਜੀ ਜੀ ਤਾਂ ਦੇਖੋ ਜੀ ਬਈ ਹੌਲੀ ਹੌਲੀ ਚੇਂਜ ਹੁੰਨੇ ਆਪਾਂ ਠੀਕ ਹੈ ਕਿ ਮੈਨੂੰ ਕੋਈ ਸਿਆਣੇ ਬੁੱਧੀਜੀਵੀ ਵੀ ਕਹਿੰਦੇ ਆ ਕਿ ਆਪਣੇ ਆਪ ਤੇ ਚੀਜ਼ਾਂ ਹਾਵੀ ਨਾ ਹੋਣ ਦੇ ਤਾਂ ਜੇ ਚੀਜ਼ਾਂ ਹਾਵੀ ਹੋਣਗੀਆਂ ਤਾਂ ਗਲਤ ਹੋਏਗਾ ਪਰੰਤੂ ਅਸੀਂ ਹਾਵੀ ਕਰਨ ਵਾਲੇ ਕੌਣ ਆਉਨੇ ਆ ਯਾਰ ਉਹ ਪਰਮਾਤਮਾ ਹੈ ਜਿੰਨੀ ਦੇਰ ਉਹਨੇ ਜਿਸ ਚੀਜ਼ ਚ ਰੱਖਣਾ ਉਹ ਰੱਖੇਗਾ ਜਿਸ ਦਿਨ ਉਹਨੇ ਨਹੀਂ ਰੱਖਣਾ ਉਹਦੇ ਨਾ ਰੱਖੇਗਾ ਤਾਂ ਬਾਕੀ ਦੀ ਗੱਲ ਰਹੀ ਅਮਰਤ ਪਾਨ ਦੀ ਬਹੁਤੇ ਵੀਰ ਮੇਰੇ ਮੇਰੇ ਕੋਲੇ ਆਏ ਮੇਰੇ ਪਿੰਡ ਦੇ ਦੋ ਤਿੰਨ ਵੀਰ ਆਏ ਕਹਿੰਦੇ ਕਿ ਅਸੀਂ ਅਮਰਤ ਪਾਨ ਕਰਨਾ ਪਰ ਸਾਨੂੰ ਡਰ ਲੱਗਦਾ ਕਿ ਅਸੀਂ ਅਮਰਤ ਕਿਵੇਂ ਰੱਖਾਂਗੇ ਜੀ ਇਹ ਐਸਾ ਨਹੀਂ ਅਮਰਤ ਨਹੀਂ ਰੱਖਣਾ ਹੈਗਾ ਜੀ ਜੀ ਅਮਰਤ ਨੇ ਸਾਨੂੰ ਰੱਖਣਾ ਹੈ ਸਾਡੇ ਚ ਕੀ ਤਾਕਤ ਹੈ ਕਿ ਅਸੀਂ ਇਹਨਾਂ ਅਮਰਤ ਨੂੰ ਰੱਖੀ ਰੱਖਾਂਗੇ ਜਾਂ ਜੇ ਕਿ ਕਸ਼ਰੀ ਸਾਹਿਬ ਪਾਈ ਹੈ ਜਾਂ ਜਿਹੜਾ ਹੈਗਾ ਅਮਰਤ ਨੇ ਸਾਨੂੰ ਰੱਖਣਾ ਹੈ ਉਹਨੇ ਸਾਨੂੰ ਬੰਨ ਕੇ ਰੱਖਣਾ ਸਾਡੇ ਚ ਕੋਈ ਤਾਕਤ ਨਹੀਂ ਹੈਗੀ ਅਸੀਂ ਤਾਂ ਜਿਹੜਾ ਹੈ ਉਹ ਕੀ ਗੰਦੇ ਇਨਸਾਨ ਅੱਜ ਫੇਰ ਮੈਂ ਉਹ ਗੰਦੀਆਂ ਹਰਕਤਾਂ ਸ਼ੁਰੂ ਕਰ ਸਕਦਾ ਪਹਿਲਾਂ ਵਾਲੀਆਂ ਮੈਂ ਕੋਈ ਅਮਰਤ ਫਾਨ ਤੋਂ ਪਹਿਲਾਂ ਕੋਈ ਚੰਗਾ ਇਨਸਾਨ ਨਹੀਂ ਸੀਗਾ ਮੈਂ ਸੱਚਮੁੱਚ ਨਹੀਂ ਸੀਗਾ ਸੱਚ ਹੈ ਠੀਕ ਹੈ ਨਾ ਜੇ ਤੁਸੀਂ ਕਹੋਗੇ ਚੰਗਾ ਤੇ ਮੈਂ ਆਪਣੀਆਂ ਬੁਰੀਆਂ ਚੀਜ਼ਾਂ ਦੱਸਣ ਨੂੰ ਵੀ ਤਿਆਰ ਹੋ ਜਾਵਾਂਗਾ ਪਰੰਤੂ ਮੈਨੂੰ ਮੇਰੇ ਦੋਸਤ ਨੇ ਨਹੀਂ ਕਿਹਾ ਕਿ ਨਾ ਦੱਸੇ ਜਿਹੜਾ ਹੈਗਾ ਮਾੜਾ ਹਾਲ ਹੋਏਗਾ ਜੀ ਜੀ ਠੀਕ ਹੈ ਪਰੰਤੂ ਠੀਕ ਹੈ ਉਹਨਾਂ ਮਾੜੀਆਂ ਚੀਜ਼ਾਂ ਨੂੰ ਭੁੱਲਣਾ ਹੀ ਜਿਹੜਾ ਹੈਗਾ ਚੰਗੀ ਗੱਲ ਹੈ ਤਾਂ ਪ੍ਰਮਾਤਮਾ ਆਪਣੇ ਆਪ ਹੀ ਕਿਰਪਾ ਕਰਦਾ ਪਰ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਆਪਾਂ ਦਾ ਜੀ ਸਕੂਲ ਦੇ ਵਿੱਚ ਹੇ ਇਹ ਤਾਂ ਕੱਚੀ ਪਹਿਲੀ ਦੇ ਵਿਦਿਆਰਥੀ ਆ ਹਨਾ ਕੀ ਆਪਾਂ ਕਹਿ ਸਕਦੇ ਬਹੁਤ ਵੱਡੇ ਵੱਡੇ ਬੁੱਧੀਜੀਵੀ ਬੈਠੇ ਆ ਬਹੁਤ ਵੱਡੀਆਂ ਅਵਸਥਾਵਾਂ ਵਾਲੇ ਲੋਕ ਬੈਠੇ ਆ ਸਾਨੂੰ ਕੀ ਪਤਾ ਉਹਨਾਂ ਦੇ ਵਿੱਚ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਸਤਿ ਆਪ ਦੀ ਗੱਲ ਆ ਉਹਦੀ ਉਹ ਕਹਿ ਦਿੱਤੀ ਐ ਪਤਾ ਨਹੀਂ ਇਹਦਾ ਕਿੰਨਾ ਸੱਚ ਹੋਊਗਾ ਕੱਲ ਨੂੰ ਕੀ ਇਹਦਾ ਝੂਠ ਨਿਕਲਣਾ ਕੀ ਸੱਚ ਨਿਕਲਣਾ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਉਸੇ ਨੇ ਜਿਹੜਾ ਹੈਗਾ ਉਹਵੇਂ ਕਰਨਾ ਸੋ ਦੋਸਤੋ ਇਹ ਸੰ ਭਾਈ ਕੁਲਦੀਪ ਸਿੰਘ ਛੇਰਗਿੱਲ ਮਰਖਾਈ ਜਾਂ ਕਹ ਲਈਏ ਭਾਈ ਕੁਲਦੀਪ ਸਿੰਘ ਖਾਲਸਾ ਮਰਖਾਈ ਪਿੰਡ ਤੋਂ ਤੁਹਾਨੂੰ ਇਹ ਵਿਚਾਰ ਚਰਚਾ ਸਿੰਘ ਸਹਿਬਾਨ ਇਹਨਾਂ ਦੇ ਸਿੰਘਣੀ ਨਾਲ ਬੈਠੇ ਨੇ ਇਹ ਗੱਲਬਾਤ ਜਿਹੜੀ ਇਹ ਸੁਣ ਕੇ ਇਸ ਨੂੰ ਵਾਚ ਕੇ ਤੁਸੀਂ ਆਪਣੇ ਕਮੈਂਟ ਜਰੂਰ ਦਿਓ ਦਿਓ ਜਾਈ ਤਾਂ ਆਪਣੇ ਦੋਸਤ ਸਹਿਬ ਸਿੰਘ ਵਿਰਕਨਾਬਾ ਨੂੰ ਧੰਨਵਾਦ ਧੰਨਵਾਦ ਡਾਕਟਰ ਸਾਹਿਬ ਮਿਹਰਬਾਨੀ ਮੇਹਰ ਜੀ ਖਾਲਸਾ ਵਾਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ